ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਆਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ ਆਸ ਕਰਦਾ ਤੁਸੀਂ ਸਿਹਤਮੰਦ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜਿਸ ਕਦਰ ਅਸੀਂ ਤੁਹਾਡੇ ਸਿਹਤਮੰਦ ਦੀ ਗੱਲ ਕਰਦੇ ਹਾਂ ਇੱਥੇ ਉਮੀਦ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਕੁਝ ਸੰਘਰਸ਼ੀ ਪਰਿਵਾਰਾਂ ਦੇ ਬੱਚੇ ਨੇ ਨੌਜਵਾਨ ਨੇ ਜੋ ਇਸ ਵੇਲੇ ਸ਼ਾਂਤੀ ਜ਼ਿਲ੍ਹੇ ਦੇ ਵਿੱਚ ਬੰਦ ਨੇ ਤਾਂ ਉਹ ਵੀ ਆਪਣੇ ਬੱਚਿਆਂ ਦੀ ਚੰਗੀ ਸਿਹਤ ਦੀ ਉਮੀਦ ਰੱਖਦੇ ਹੋਣਗੇ ਜਦ ਜਦ ਅਸੀਂ ਤੁਹਾਡੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਤਾਂ ਜੇਲ੍ਹਾਂ ਦੇ ਵਿੱਚ ਬੰਦ ਉਹ ਨੌਜਵਾਨ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਹਮੇਸ਼ਾ ਉੱਥੋਂ ਦੀ ਕਰਦੇ ਆਏ ਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਲੱਗੇ ਸੰਘਰਸ਼ ਵਿਰਾਸਤੀ ਮਾਰਗ ਦੇ ਉੱਤੇ ਜੋ ਸੰਘਰਸ਼ੀ ਬੱਚਿਆਂ ਦੇ ਸੰਘਰਸ਼ੀ ਨੌਜਵਾਨਾਂ ਦੇ ਪਰਿਵਾਰਾਂ ਦੇ ਵੱਲੋਂ ਲਗਾਇਆ ਗਿਆ ਵਾਰਸ ਪੰਜਾਬ ਜਥੇਬੰਦੀ ਦੇ ਜੋ ਨੁਮਾਇੰਦੇ ਰਹੇ ਜੋ ਆਗੂ ਰਹੇ ਜਾਂ ਉਹਨਾਂ ਦੇ ਨਾਲ ਜੋ ਨੌਜਵਾਨ ਜੁੜੇ ਰਹੇ ਬੀਤੇ ਦਿਨ ਦੇ ਵਿੱਚ ਸਾਨੂੰ ਵੇਖਣ ਨੂੰ ਪਾਇਆ ਗਿਆ ਕਿ ਪਰਿਵਾਰਾਂ ਨੇ ਸਰਕਾਰ ਦੇ ਅੱਗੇ ਰੋਸ ਜ਼ਾਹਿਰ ਕਰਦਿਆਂ ਹੋਇਆਂ ਉਹ ਖੜਤਾਲ ਸ਼ੁਰੂ ਕੀਤੀ ਜਿਸਪੁਰ ਖੜਤਾਲ ਤੋਂ ਬਾਅਦ ਇਹ ਕੁਝ ਮੰਗਾਂ ਸਾਹਮਣੇ ਰੱਖੀਆਂ ਕਿ ਸਾਡੇ ਬੱਚਿਆਂ ਨੂੰ ਐਨਐਸਏ ਹਟਾਈ ਜਾਵੇ ਅਸੀਂ ਇਹ ਪ੍ਰਵਾਹਨ ਦੇ ਪੱਖ ਦੀ ਮੰਗਾਂ ਦੀ ਗੱਲ ਕਰ ਰਹੇ ਹਾਂ ਇੱਥੇ ਤੇ ਦੂਸਰੇ ਪਾਸੇ ਬੱਚਿਆਂ ਨੂੰ ਵਾਪਸ ਡਿਪਲੋਮਰ ਤੋਂ ਪੰਜਾਬ ਲਿਆਂਦਾ ਜਾਏ ਪੰਜਾਬ ਦੇ ਵਿੱਚ ਕੀ ਅਜਿਹੇ ਬੰਦੋਬਸਤ ਨਹੀਂ ਹੈਗੇ ਕੇਂਦਰੀ ਪੱਧਰ ਦੇ ਉੱਤੇ ਕਿ ਬੱਚਿਆਂ ਨੂੰ ਸਾਡੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਇੱਥੇ ਰੱਖਿਆ ਜਾ ਸਕੇ ਸਵਾਲ ਇਹ ਵੀ ਹੋਇਆ ਕਿ ਕਿਉਂ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਨਹੀਂ ਪਹੁੰਚ پا ਰਹੇ ਕਿਉਂ ਸੰਗਤਾਂ ਦਾ ਇਕੱਠ ਉੱਥੇ ਨਜ਼ਰ ਨਹੀਂ ਆ ਰਿਹਾ ਸਵਾਲ ਇਹ ਵੀ ਹੋਇਆ ਕਿ ਪੋਲਿਟੀਕਲ ਪਾਰਟੀਆਂ ਦੇ ਆਗੂ ਜਿਸ ਵੇਲੇ ਪਹੁੰਚਦੇ ਨੇ ਤਾਂ ਉਹਨਾਂ ਦੇ ਕੋਲ ਇੱਕ ਮੌਕਾ ਹੁੰਦਾ ਹੈ ਅਜਿਹੇ ਸੰਘਰਸ਼ ਨੂੰ ਟਾਰਪੀਡੋ ਕਰ ਲਿੱਤਾ ਜਾਏ ਕਿਉਂਕਿ ਚੋਣਾਂ ਆ ਰਹੀਆਂ ਨੇ ਸਾਲ 2024 ਦੀਆਂ ਲੋਕ ਸਭਾ ਦੀਆਂ ਤਮਾਮ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਹ ਸੰਘਰਸ਼ ਜ਼ਰੂਰੀ ਕਿਉਂ ਨੇ ਇਸ ਸੰਘਰਸ਼ ਦੇ ਵਿੱਚ ਪਹੁੰਚ ਰਹੀਆਂ ਜਥੇਬੰਦੀਆਂ ਉਹਨਾਂ ਦੇ ਆਗੂਆਂ ਦੇ ਵਿਚਾਰ ਅਕੀ ਇੱਕ ਪਾਸੜ ਨੇ ਬਿਲਕੁਲ ਰਾਈਟ ਨਹੀਂ ਐ ਬਿਲਕੁਲ ਲੈਫਟ ਨਹੀਂ ਐ ਸੈਂਟਰ ਦੇ ਵਿੱਚੋਂ ਖੜੇ ਨੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਸਾਡੇ ਜੋ ਗੈਸਟ ਮੌਜੂਦ ਨੇ ਉਹਨਾਂ ਨੇ ਸ਼ੁਰੂਆਤੀ ਸਵਾਲ ਹੀ ਇਹ ਕੀਤਾ ਪ੍ਰੋਗਰਾਮ ਤੋਂ ਪਹਿਲਾਂ ਕਿ ਸਾਡੀ ਪ੍ਰਾਪਤੀ ਕੀ ਹੈ ਅਜਿਹੇ ਪ੍ਰੋਗਰਾਮਸ ਕਰ ਲੈਣਾ ਇੱਥੇ ਆ ਕੇ ਘੰਟਾ ਅਸੀਂ ਗੱਲਬਾਤ ਕਰਕੇ ਚੱਲ ਜਾਵਾਂਗੇ ਆਪੋ ਆਪਣੇ ਰੋਸੇ ਆਪ ਕੋੜ ਆਪਣਾ ਪੱਖ ਸਾਹਮਣੇ ਰੱਖ ਦਾਂਗੇ ਤਾਂ ਉਸ ਤੋਂ ਬਾਅਦ ਕੀ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਦੋ ਖਾਸ ਅਖਸ਼ੀਰਾਂ ਜੁੜੀਆਂ ਨੇ ਜੀ ਅਟਵਾਲ ਸਾਹਿਬ ਤੇ ਸੋਹਤਾ ਸਾਹਿਬ ਦੋਨਾਂ ਦਾ ਸਵਾਗਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਟਵਾਲ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹਵਾਂਗਾ ਕਿ ਮੌਜੂਦਾ ਸਮੇਂ ਦੇ ਵਿੱਚ ਜੋ ਕੁਝ ਐਨਐਸਏ ਲਗਾ ਕੇ ਨੌਜਵਾਨਾਂ ਦੇ ਅੰਦਰ ਡੱਕ ਦਿੱਤੇ ਗਏ ਨੌਜਵਾਨਾਂ ਨੇ ਆਪਣੇ ਵੱਲੋਂ ਜੋ ਕੁਝ ਕਿਹਾ ਕਿ ਵੀ ਸਾਡੇ ਉੱਤੇ ਤਸ਼ੱਦਦ ਹੋ ਰਹੀ ਹੈ ਸਾਡੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਪਰਿਵਾਰ ਦਾ ਇਸ ਪੱਧਰ ਦਾ ਧਰਨਾ ਸ਼ੁਰੂ ਕਰਨਾ ਜੋ ਮਾਵਾ ਪੋਖੜ ਤਾਲ ਤੇ ਬੈਠੀਆਂ ਨੇ ਤੁਹਾਨੂੰ ਜਾਪਦਾ ਕਿ ਪੰਜਾਬ ਸਰਕਾਰ ਨੇ ਉਹ ਕੁਝ ਵਾਜਬ ਕਾਰਵਾਈ ਕੀਤੀ ਜੋ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਬਤੌਰ ਸਿੱਖ ਕੀਤੀ ਜਾਣੀ ਚਾਹੀਦੀ ਸੀ ਇਹ ਥੋੜਾ ਜਿਹਾ ਕੰਪਲਿਕੇਟਡ ਹੈ ਕੁਐਸਚਨ ਮੈਂ ਫੈਡਰ ਫਿਰ ਪਹਿਲੀ ਗੱਲ ਹੈ ਵੀ ਜਿਹੜਾ ਐਨਐਸਏ ਲਾਇਆ ਗਿਆ ਨਾ ਬਿਲਕੁਲ ਉਹ ਗਲਤ ਸੀ ਜੀ ਬਿਲਕੁਲ ਗਲਤ ਸੀ ਦੂਜੀ ਗੱਲ ਹੈ ਜੇ ਆਪਾਂ ਕਹਿੰਦੇ ਵੀ ਉਹ ਕਾਰਵਾਈ ਕੀਤੀ ਇੱਕਦਮ ਦੇ ਵਿੱਚ ਕਰਕੇ ਐਨਐਸਏ ਲਾ ਕੇ ਬਣਦਾ ਹੀ ਨਹੀਂ ਸੀ ਕਿਹੜੀ ਗੱਲ ਦਾ ਵਿੱਚ ਬਹੁਤ ਵੱਡੀ ਐ ਇਹੋ ਜੀ ਕਰਤ ਜਿਹੜਾ ਐਨਐਸਆਰ ਜ਼ਰੂਰੀ ਸੀ ਉਹਦੋਂ ਬਹੁਤ ਵੱਡੇ ਵੱਡੇ ਹੋਰ ਕਈਆਂ ਨੇ ਬਹੁਤ ਕੁਝ ਕੀਤਾ ਪੁੱਛ ਨਾ ਜਾਈਏ ਜਿਹੜੇ ਨਹੀਂ ਲਾਏ। ਅਗਰ ਉਹਨਾਂ ਤੇ ਕੋਈ ਕੇਸ ਬਣਦਾ ਸੀ ਉਹ ਪੰਜਾਬ ਦੇ ਵਿੱਚ ਲਗਾ ਲਾਇਆ ਜਾ ਸਕਦਾ ਸੀ ਪੰਜਾਬ ਦੀਆਂ ਜੇਲਾਂ ਸਿਗੀਆਂ ਔਰ ਪੰਜਾਬ ਦੀਆਂ ਕੋਰਟਾਂ ਚ ਲਿਜਾਇਆ ਜਾ ਸਕਦੇ ਪਹਿਲੀ ਤੇ ਕਰਦਿਆ ਕਿ ਅਮਰਤ ਸਿਕਾਉਣਾ ਲੋਕਾਂ ਨੂੰ ਨਸ਼ਿਆਂ ਤੋਂ ਪਰੇ ਕਰਨਾ ਔਰ ਉਹ ਸਾਰੀ ਚੀਜ਼ ਕਰਨ ਦੇ ਵਿੱਚ ਜਿਹੜੇ ਕਿ ਆਮ ਲੋਕ ਕਹਿੰਦੇ ਵੀ ਸਰਕਾਰਾਂ ਤਾਂ ਪੁਲਿਸ ਰੜਕੇ ਇਹ ਕੰਮ ਕਰਦੇ ਆ ਨਸ਼ੇ ਦਾ ਜੀ ਤੇ ਇਸੇ ਚੀਜ਼ ਦੇ ਵਿੱਚ ਆ ਕੇ ਉਹਨਾਂ ਨੂੰ ਬੰਦ ਕਰਾਇਆ ਤਾਂ ਕਿ ਜਿਹੜੇ ਸਮੱਗਲਰ ਸਗੇ ਜਿਹੜੇ ਮਾੜਾ ਧੰਦਾ ਕਰਦੇ ਸੀ ਉਹਨਾਂ ਨੂੰ ਛੁੱਟੀ ਮਿਲ ਜਾਏ ਦੂਸਰੀ ਗੱਲ ਦੇ ਵਿੱਚ ਇਹ ਹੈ ਕਿ ਵੀ ਜੇ ਸਰਕਾਰਾਂ ਨੇ ਕਰਨਾ ਜੀ ਸਰਕਾਰਾਂ ਨੇ ਕਰਨਾ ਕੀ ਕੀਤਾ ਕੀ ਪਹਿਲੀ ਤੇ ਗੱਲ ਆ ਉਹਨਾਂ ਨੂੰ ਉਸਾਮ ਤੇ ਜੰਡੇ ਜ਼ਰੂਰਤ ਤਾਂ ਨਹੀਂ ਸੀ ਹੂੰ ਦੂਜੀ ਗੱਲ ਹੈ ਕਿ ਵੀ ਉੱਥੇ ਜਿਹੜਾ ਉਹਨਾਂ ਦੇ ਉੱਤੇ ਇੱਕ ਗੱਲ ਵੀ ਸਪਾਈ ਕੈਮਰੇ ਲਗਾਏ ਗਏ ਉਹ ਬਿਲਕੁਲ ਗਲਤ ਹੈਗੇ ਆ ਹਰ ਇੱਕ ਦਾ ਹੋਮ ਰਾਈਟਸ ਹੈਗੀ ਆ ਤੀਜੀ ਕਰ ਲਿਆ ਜੇਕਰ ਮਾਮਾ ਦੀ ਗੱਲ ਕਰਦੇ ਆ ਮਾਮਾ ਤੇ ਮਾਮਾ ਨਾ ਤੇ ਜੇ ਭਗਵਾਨ ਤਮਾਨ ਹੋਣੀ ਤੇ ਜਾਂ ਡੀਜੀਪੀ ਪੰਜਾਬ ਦਾ ਸੋਚਣ ਜੀ ਤੇ ਉਹਨਾਂ ਦੇ ਵੀ ਬੱਚੇ ਆ ਪਰਿਵਾਰ ਆ ਜੀ ਔਰ ਉਹਨਾਂ ਦੇ ਉੱਤੇ ਹੋਵੇ ਤਾਂ ਉਹਨਾਂ ਤੇ ਕਿਦਾਂ ਬੀਜੀ ਰੋਗੀ ਚਲੋ ਜਿਹੜਾ ਭਗਵੰਤ ਮਾਨ ਹੁਣ ਦਾ ਮੈਂ ਪਰਸਨਲ ਚ ਨਹੀਂ ਜਾਂਦਾ ਪਰ ਬੀਹੇਂਗੇ ਫਾਦਰ ਬੀਹੇਂਗੇ ਮਦਰ ਜਾਂ ਬੀਹੇਂਗੇ ਕੋਈ ਵੀ ਪਰਿਵਾਰ ਮੈਂਬਰ ਤੁਹਾਡੇ ਮੈਂਬਰ ਨੂੰ ਚੱਕ ਕੇ ਐਡੀ ਦੂਰ ਸੱਡ ਦਿੱਤਾ ਜਾਵੇ ਤੇ ਜਿੱਥੇ ਮਿਲਣ ਜਾਣਾ ਵੀ ਹੋਵੇ ਕੀ ਇਹ ਇਨਸਾਨੀਅਤ ਦਾ ਘਾਣ ਨੇਗਾ ਹੈ ਬਹੁਤ ਟੋਟਲੀ ਅਨਐਕਸੈਪਟੇਬਲ ਹੈ ਬਿਲਕੁਲ ਤੇ ਪੰਜਾਬ ਸਰਕਾਰ ਦੀ ਇੱਥੇ ਅਸੀਂ ਗੱਲ ਕਰ ਰਹੇ ਸੀ ਤੁਸੀਂ ਇਹਨਾਂ ਵਿਚਾਰਾਂ ਦੇ ਨਾਲ ਸੋਤਾ ਸਾਹਿਬ ਪੰਜਾਬ ਸਰਕਾਰ ਦਾ ਵੀ ਥੋੜਾ ਪੱਕਾ ਅਸੀਂ ਸਾਹਮਣੇ ਰੱਖੀਏ ਕੀ ਮੰਤਰੀ ਭੇਜੇ ਜਾਣੇ ਚਾਹੀਦੇ ਸੀ ਆਗੂ ਭੇਜੇ ਜਾਣੇ ਚਾਹੀਦੇ ਸੀ ਕਿ ਚਲੋ ਜਾ ਕੇ ਮੰਗਾ ਸੁਣ ਕੇ ਆ ਜਾਈਏ ਉੱਥੇ ਮੰਚ ਤੇ ਬੋਲਣ ਦਾ ਮੌਕਾ ਮਿਲੇ ਜਾਂ ਨਾ ਮਿਲੇ ਉਹ ਬਾਅਦ ਦੀ ਗੱਲ ਹੈ ਅਮਨਪ੍ਰੀਤ ਦੀ ਗੱਲ ਹੈਗੀ ਆ ਕਿ ਜੜ ਕਿੱਥੇ ਆ ਜਿਹੜਾ ਜੇ ਹਿੰਦੁਸਤਾਨ ਦੀ ਸਰਕਾਰ ਜਿਹੜਾ ਉਹਨਾਂ ਨੇ ਰਵਈਆ ਫੜਿਆ ਆ ਉਹ ਬਲੇਟਿਡਲੀ ਇੱਕ ਕਿਸਮ ਦਾ ਡਿਕਟੇਟਰਸ਼ਿਪ ਵਾ ਹੂੰ ਜੇ ਆਪਾਂ ਥੋੜਾ ਜੈ ਇਹਨੂੰ ਹੋਰ ਫਰੋਲਣਾ ਹੋਵੇ ਤਾਂ ਤੁਸੀਂ ਦੇਖੋਗੇ ਕਿ ਸੈਂਟਰ ਸਰਕਾਰ ਕੰਟਰੋਲ ਕਰ ਰਹੀ ਆ ਜੇ ਨਾ ਸੂਬਿਆਂ ਦੇ ਵਿੱਚ ਸੈਂਟਰ ਸਰਕਾਰ ਦੀ ਭਾਈਵਾਲ ਸਰਕਾਰ ਵਾ ਜੀ ਉੱਥੇ ਤਾਂ ਉਹਨਾਂ ਦੀ ਪੂਰੀ ਮਦਦ ਹੋ ਰਹੀ ਆ ਸਭ ਕੁਝ ਹੋ ਰਿਹਾ ਹਮ ਜਿਨ੍ਹਾਂ ਸਰਕਾਰਾਂ ਜਿਹੜੇ ਸੂਬੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਆਪੋਜੀਸ਼ਨ ਦੀ ਕੋਈ ਵੀ ਸਰਕਾਰ ਵਾ ਤਾਂ ਉੱਥੇ ਉਹਨਾਂ ਨੂੰ ਉਹ ਤੰਗ ਕਰ ਰਹੇ ਆ ਜੀ ਹੋਰ ਸਾਰਾ ਜਿਹੜਾ ਉੱਥੇ ਦਾ ਸਿਸਟਮ ਆ ਉਹ ਗੜਿਆ ਆ ਹੁਣ ਤੁਸੀਂ ਦੇਖੋ ਵੀ ਉੱਥੇ ਦਾ ਡੀਸੀ ਜਿਹੜਾ ਆ ਉਹਦੇ ਕੋ ਮੋ ਪਾਵਰ ਦੈਨ ਦ ਚੀਫ ਮਨਿਸਟਰ ਜੀ ਹੀ ਕੈਨਟ ਰਿਪਲੇਸ ਥਮ ਜਾਣੀ ਸਾਨੂੰ ਇਹ ਸਾਰੀਆਂ ਚੀਜ਼ਾਂ ਦੇਖਣ ਦੀ ਲੋੜ ਆ ਤੇ ਉਹ ਬਲੇਮ ਕਰੀ ਜਾਂਦੇ ਆ ਉਹ ਜੀ ਫਲਾਨੇ ਸੂਬੇ ਦਾ ਚੀਫ ਮਨਿਸਟਰ ਉਹ ਨਹੀਂ ਕਰ ਰਿਹਾ ਉਹ ਭਲਾ ਨਾ ਨਹੀਂ ਕਰ ਰਿਹਾ ਸਾਨੂੰ ਗਲਤ ਰਾਹ ਪਾਉਣ ਦੀ ਉਹ ਪੂਰੀ ਕੋਸ਼ਿਸ਼ ਜੀ ਕਰ ਰਿਹਾ ਔਰ ਸਾਡੇ ਬੱਚੇ ਜਾਂ ਸਾਡੇ ਜਿਹੜੇ ਸਾਥੀ ਆ ਉਹ ਫਿਰ ਸਾਨੂੰ ਕਹਿੰਦੇ ਦੇਖੋ ਜੀ ਇਹ ਸਰਕਾਰ ਨਹੀਂ ਕੁਝ ਵੀ ਕਰਦੀ ਹੁਣ ਦੇਖੋ ਆਪਾਂ ਬਾਹਰਲੇ ਮੁਲਕਾਂ 'ਚ ਬੈਠੇ ਆ ਸਾਨੂੰ ਐ ਨਾ ਮੁਲਕਾਂ ਦਾ ਜਿਹੜਾ ਸਟਰਕਚਰ ਆ ਜੀ ਉਹ ਸਾਹਮਣੇ ਨਹੀਂ ਆਉਂਦਾ ਹੁਣ ਇੱਥੇ ਲੋਕਲ ਜਿਹੜੀਆਂ ਸਰਕਾਰਾਂ ਇਹਨਾਂ ਦੀਆਂ ਲੋਕਲ ਡਿਊਟੀਆਂ ਜੀ ਜਿਹੜੀ ਸੈਂਟਰ ਸਰਕਾਰ ਨੇ ਪਾਲਿਸੀ ਬਣਾਉਣੀ ਆ ਜਿਹੜੀ ਜਿਹੜੀ ਦੁਨੀਆਂ ਦੇ ਵਿੱਚ ਮੁਲਕਾਂ ਦੇ ਤੌਰ ਤੇ ਇੱਕ ਦੂਜੇ ਦੇ ਨਾਲ ਡੀਲ ਕਰਦੀਆਂ ਠੀਕ ਉਹਨਾਂ ਦਾ ਫਰਕ ਆ ਸੋ ਉਹ ਜਿਹੜਾ ਆ ਉਹ ਇਹਨਾਂ ਨੇ ਸੈਂਟਰ ਸਰਕਾਰ ਨੇ ਮੈਂ ਤਾਂ ਕਈ ਵਾਰੀ ਸੌਦਾ ਹੁੰਨਾ ਭਈ ਇਹਨਾਂ ਦਾ ਉਹ ਟਾਈਮ ਆ ਗਿਆ ਜਿਸ ਵੇਲੇ ਰੰਗਜੀਵ ਨੇ ਇਹ ਕਿਹਾ ਸੀ ਕਿ ਮੈਂ ਸਾਰੇ ਮੁਸਲਮਾਨ ਬਣਾਉਣੇ ਆ ਜੀ ਰਾਈਟ ਹੁਣ ਅੱਜ ਇਹੀ ਸਰਕਾਰ ਜਿਹੜੀ ਆ ਉਹ ਇਹ ਕਹਿ ਰਹੀ ਆ ਕਿ ਹਿੰਦੂ ਹਿੰਦੂ ਹਿੰਦੁਸਤਾਨ ਜੀ ਤੇ ਜਿਹੜਾ ਕੋਈ ਵੀ ਮਿਨੋਰਟੀਜ਼ ਹੋ ਆ ਉਹਨਾਂ ਨੂੰ ਇੱਕ ਖਤਮ ਕਰਨਾ ਚਾਹੁੰਦੇ ਆ ਉਹ ਕਹਿੰਦੇ ਆ ਕਿ ਜੇ ਇਸ ਮੁਲਕ ਦੇ ਵਿੱਚ ਰਹਿਣਾ ਤਾਂ ਸਾਡੇ ਗੂਠੇ ਨਾਲ ਰੋ। ਹੂੰ ਸੋ ਇਹ ਜਿਹੜੀਆਂ ਚੀਜ਼ਾਂ ਇਹ ਸਾਨੂੰ ਸਮਝਣੀਆਂ ਪੈਣੀਆਂ ਜੀ ਔਰ ਇਹ ਸਮਝ ਕੇ ਸਾਨੂੰ ਆਪਣੇ ਹੱਕਾਂ ਲਈ ਰਾਇਕੇ ਦੀ ਜਿਹੜੇ ਅਸੀਂ ਬਾਹਰ 8 ਮਿਲੀਅਨ ਬੈਠੇ ਆ ਤੇ ਜਿਹੜੇ ਪੰਜਾਬ ਦੇ ਲੋਕ ਆ ਸਿੱਖ ਜਾਂ ਪੰਜਾਬੀ ਉਹਨਾਂ ਨੂੰ ਸਿੱਖ ਤੇ ਪੰਜਾਬੀ ਦੋਏ ਨਹੀਂ ਲਾਈਕ ਕਰਦੇ ਕਿਉਂ ਪੰਜਾਂ ਦਰਿਆਵਾਂ ਦਾ ਪਾਣੀ ਜਿਹੜਾ ਹੈ ਨਾ ਉਹ ਅਣਖ ਨਾਲ ਜੀਂਦਾ ਅਣਖ ਅਣਖ ਨਾਲ ਜੀਣਾ ਤਾਂ ਸਿਖਾਂਦਾ ਹੈ ਲੇਕਿਨ ਉਹ ਅਣਖ ਦੇ ਨਾਲ ਜੇਕਰ ਨੌਜਵਾਨ ਆਪਣੇ ਵੱਲ ਬਾਹਰ ਪ੍ਰਚਾਰ ਕਰ ਰਹੇ ਸੀ ਜੋ ਮੈਂਸ਼ਨ ਕੀਤਾ ਅਟਵਾਲ ਸਾਹਿਬ ਨੇ ਉਸੇ ਅਣਖ ਦੇ ਨਾਲ ਜੇਕਰ ਉਹ ਆਪਣੀ ਜੇਲ ਵੀ ਕੱਟ ਰਹੇ ਨੇ ਕੋਣ-ਕੋਣਾ ਦੀ ਰਬਾਨੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਧਾਰਮਿਕ ਆਜ਼ਾਦੀ ਦੀ ਸੀ ਗੱਲ ਕਰਦੇ ਆ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਦੋਨਾਂ ਦਾ ਘਾਣ ਜੇਲ੍ਹ ਦੇ ਅੰਦਰ ਜੇਕਰ ਹੋਇਆ ਤਾਂ ਪਰਿਵਾਰਾਂ ਦਾ ਆਵਾਜ਼ ਬੁਲੰਦ ਕਰਨਾ ਤਾਂ ਲਾਜ਼ਮੀ ਹੈ ਦੇਖੋ ਜਿਹੜਾ ਦੋਹਾਂ ਦੋਹਾਂ ਚੀਜ਼ਾਂ ਦਾ ਜੀ ਸਾਨੂੰ ਧਾਰਮਿਕ ਤੌਰ ਤੇ ਵੀ ਹਮ ਪੋਲਿਟਿਕਲ ਤੌਰ ਤੇ ਵੀ ਤੇ ਸਾਡਾ ਘਾਣ ਕੀਤਾ ਜਾ ਰਿਹਾ ਪਰ ਹੁਣ ਇਹਦੀ ਗੱਲ ਇਹ ਆ ਉਹ ਤਾਂ ਤੁਹਾਨੂੰ ਕਹਿ ਰਹੇ ਆ ਵੀ ਤੁਸੀਂ ਜੁਦੇ ਹੋ ਜਾਓ ਹਮ ਹੁਣ ਜੇ ਸਾਨੂੰ ਇੰਨੀ ਵੀ ਨਹੀਂ ਸਮਝ ਆਉਂਦੀ ਕਿ ਜਿਸ ਤਰੀਕੇ ਦੇ ਨਾਲ ਉੱਥੇ ਬੈਰੀਅਰ ਲਾਏ ਗਏ ਆ ਉਹ ਪਾਕਿਸਤਾਨ ਤੇ ਚਾਈਨਾ ਨਾਲੋਂ ਜਾਦੇ ਸਟਰੋਂਗ ਲਾਏ ਗਏ ਆ ਔਰ ਮਿਲਟਰੀ ਉੱਥੇ ਲਿਆ ਕੇ ਬਿਠਾ ਲੰਦਾ ਕੀ ਮਤਵ ਉਹ ਇਹੀ ਕਹਿ ਰਹੇ ਆ ਕਿ ਹੁਣ ਤੁਸੀਂ ਸਾਡੇ ਤੋਂ ਪਰੇ ਹੀ ਹੋ ਜਾਓ ਉਹ ਦਿਖਾਣਾ ਚਾ ਰਹੇ ਨੇ ਉਹ ਜ਼ਾਹਿਰ ਕਰਨਾ ਚਾ ਰਹੇ ਨੇ ਸਾਡੇ ਬੱਚੇ ਛੀਦ ਕਰੀ ਜਾ ਰਹੇ ਆ 1978 ਦੇ ਵਿੱਚ ਕੀਤੇ ਫਿਰ 84 ਚ ਕੀਤੇ ਫਿਰ 20 ਹੀ ਸਾਲੀ ਫਿਰ 92 ਚ ਵੀ ਕੀਤੇ ਹੁਣ ਤੁਸੀਂ ਦੱਸੋ ਪਏ ਅਸੀਂ ਜਾਈਏ ਕਿੱਥੇ ਇਹ ਤਾਂ ਚੰਗੀ ਗੱਲ ਆ ਕਿ ਜਿਹੜੇ ਅਸੀਂ ਬਾਹਰ ਆ ਕੇ 8 ਮਿਲੀਅਨ ਬਾਹਰ ਆ ਕੇ ਬਹਿ ਗਏ ਹਾਂ ਨਾ ਜੀ ਇਹਨਾਂ ਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਥੋੜੀ ਰਾਇਤ ਮਿਲਦੀ ਆ ਔਰ ਜੇ ਅਸੀਂ ਸਿੱਖ ਇਤਿਹਾਸ ਨੂੰ ਪੜੀਏ ਜੀ ਤਾਂ ਤੁਸੀਂ ਇਹ ਦੇਖੋਗੇ ਕਿ ਬੰਦਾ ਸੋਂ ਬਹਾਦਰ ਤੋਂ ਬਾਅਦ ਜਿਹੜੇ ਸਾਡੇ ਸਿੱਖ ਸੀਗੇ ਉਹ ਸ਼ਾਂਭੂ ਆਣੇ ਤੇ ਜੰਗਲਾਂ ਚ ਨਹੀਂ ਸੀ ਜਾ ਕਰੀਂਦੇ ਹਮ ਉਹ ਕਿਉਂ ਕਿ ਉਹਨਾਂ ਨੂੰ ਉਸ ਵੇਲੇ ਮਾਰਿਆ ਜਾਂਦਾ ਸੀ ਸ਼ਹੀਦ ਕੀਤਾ ਜਾਂਦਾ ਸੀ ਤੇ ਉਹ ਉੱਥੋਂ ਬਚ ਕੇ ਫਿਰ ਆ ਕੇ ਲੜਾਈ ਵੀ ਲੜਦੇ ਸੀ ਇਸੇ ਤਰ੍ਹਾਂ ਅੱਜ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬਹਿ ਕੇ ਆਪਣੀ ਲੜਾਈ ਹੋਂਦ ਦੀ ਲੜਾਈ ਲੜ ਰਹੇ ਹਾਂ ਜੋ ਜੋ ਅਸੀਂ ਹੋਂਦ ਦੀ ਲੜਾਈ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਅਟਵਾਲ ਸਾਹਿਬ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੋਤਾ ਸਾਹਿਬ ਨਾਲ ਵੀ ਜੇਕਰ ਤੁਸੀਂ ਕਿਸੇ ਨੂੰ ਕੈਦ ਦੇ ਵਿੱਚ ਰੱਖਦੇ ਹੋ ਨਾ ਵੀ ਭਾਰਤ ਦਾ ਸੰਵਿਧਾਨ ਇਜਾਜ਼ਤ ਦਿੰਦਾ ਹੈ ਕਿ ਉਹ ਆਪਣਾ ਮੈਡੀਕਲ ਟਰੀਟਮੈਂਟ ਸਹੀ ਤਰੀਕੇ ਨਾਲ ਕਰਾ ਸਕੇ ਭਾਰਤ ਦਾ ਸੰਵਿਧਾਨ ਇਜਾਜ਼ਤ ਦਿੰਦਾ ਹੈ ਕਿ ਉਹ ਵੋਟ ਹੱਕ ਦਾ ਵੀ ਇਸਤੇਮਾਲ ਕਰ ਸਕੇ ਜੇਲ੍ਹ ਦੇ ਵਿੱਚ ਕੈਦ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਲੇਕਿਨ ਉੱਥੇ ਹੀ ਉਹਨਾਂ ਦੇ ਜੋ ਧਾਰਮਿਕ ਆਜ਼ਾਦੀ ਦੇ ਉੱਤੇ ਕਿਸੇ ਤਰੀਕੇ ਦੀ ਪਾਬੰਦੀ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹਿਊਮਨ ਰਾਈਟਸ ਉੱਤੇ ਪਾਬੰਦੀਆਂ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਇਹ ਤਮਾਮ ਚੀਜ਼ਾਂ ਉਹਨਾਂ ਨੂੰ ਸਿਰਫ ਟੈਸਟ ਕਰਨ ਦੇ ਲਈ ਦੇਖੀ ਕੀਤੀਆਂ ਜਾਂਦੀਆਂ ਨੇ ਕਿ ਹਾਂ ਇਹ ਵੇਖ ਲਈਏ ਇਹ ਕੈਦ ਦੇ ਵਿੱਚ ਰੱਖਣ ਤੋਂ ਬਾਅਦ ਬਦਲੇ ਨੇ ਜਾਂ ਖਲੇ ਵੀ ਉਹਨਾਂ ਆਪਣੇ ਆਪਣੇ ਤੇਵੇਂ ਉਸੇ ਤਰੀਕੇ ਨਾਲ ਦਿਖਾ ਰਹੇ ਨੇ ਅ ਅਮਰਪ੍ਰੀਤ ਤੁਸੀਂ ਭਾਰਤ ਦੇ ਸੰਵਿਧਾਨ ਦੀ ਗੱਲ ਕੀਤੀ ਹੈ ਕਾਗਜ਼ਾ ਕਾਗਜ਼ਾ ਜਿਹੜਾ ਮਰਜੀ ਪਾੜ ਸਕਦਾ ਹੂੰ ਜਿਹੜਾ ਮжоਰਿਟੀ ਵਾਲਾ ਜਿਹੜਾ ਮਰਜ਼ੀ ਉਹਨੂੰ ਦੱਬ ਜਾਂਦਾ ਦੁਸ਼ਮਨ ਕੋਈ ਕਿਸੇ ਨੂੰ ਨਹੀਂ ਪੁੱਛਦਾ ਇੰਡੀਅਨ ਸੁਪਰੀਮ ਕੋਰਟ ਜਿਹੜੀ ਆ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਹੁਣ ਦੇ ਕੇਸ ਦੇ ਵਿੱਚ ਪਹਿਲਾਂ ਬਾਦਲ ਸਰਕਾਰ ਦੇ ਬੇਲੇ ਜਦੋਂ ਬਿਅੰਤ ਸਿੰਘ ਦੇ ਬੁੱਤ ਬੇਤੇ ਇਹਨਾਂ ਨੇ ਭਾਈ ਬਿਅੰਤ ਸਿੰਘ ਦੇ ਹਮ ਹਾਰ ਪਾਇਆ ਨਾਲ ਤੇ ਉਹਦੇ ਵੇਲੇ ਉਹਨਾਂ ਤੇ ਮੁਕਾਦਮਾ ਕੀਤਾ ਗਿਆ ਉਹਨਾਂ ਤੇ ਨਾਲ ਤੋਂ ਉਹਨਾਂ ਦੇ ਨਾਲ ਸਾਥੀਆਂ ਦੇ ਹੋਰ ਨਾਲ ਦੇ ਤੇ ਮੁਕਾਦਮਾ ਉਸ ਵੇਲੇ ਦੀ ਬਾਦਲ ਪੰਥਕ ਸਰਕਾਰ ਖਾਉਤੀ ਨੇ ਕੀਤਾ ਠੀਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਦੀ ਰੂਲਿੰਗ ਕੀਤੀ ਕਿ ਬੀ پیسਫੁਲੀ ਤਰੀਕੇ ਦੇ ਨਾਲ ਮੈਂ ਥੋੜਾ ਤਾਂ ਇਹ ਦੱਸ ਰਿਹਾ ਜਿਹੜੇ ਕੁਛਾਂ ਨੂੰ ਨਹੀਂ ਪਤਾ ਨਾ ਕਹਿੰਦੇ ਐਵੇਂ ਕਹਿੰਨੇ ਉਹ ਥੋੜਾ ਜਾਣ ਲੈਣ ਤੇ ਉਹਨਾਂ ਦੇ ਵਿੱਚ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਸੀ ਉਹਨੇ ਰੂਲਿੰਗ ਕੀਤੀ ਵੀ ਪੀਸਫੁਲੀ ਆਪਣੀ ਯਾਦੀ ਦੀ ਗੱਲ ਕਰਨੀ ਖਾਲਸਤਾਨ ਦੀ ਗੱਲ ਕਰਨੀ ਐਕਪ੍ਰੈਸ਼ਨ ਆਫ ਯੂਅਰ 뷰 ਕਰਨੇ ਕੋਈ ਕਾਨੂੰਨ ਦੀ ਅੜਮਣਾ ਨਹੀਂ ਤੇ ਉਦੋਂ ਬਾਅਦ ਦੇ ਵਿੱਚ ਫਿਰ ਉਹੋ ਜੀ ਬਾਦਲ ਸਰਕਾਰ ਨੇ ਤੇ ਸੁਪਰੀਮ ਕੋਰਟ ਚ ਕੇਸ ਦਿੱਤਾ ਕਰ ਦਿੱਤਾ ਕਿ ਵੀ ਮਾਨ ਸਾਹਿਬ ਦੇ ਉੱਤੇ ਦੇਸ਼ ਵਿਰੋਧੀ ਦਾ ਕੇਸ ਬਣਦਾ ਕੀਤਾ ਜਾਵੇ ਸੁਪਰੀਮ ਕੋਰਟ ਨੇ ਜਿਹੜੀ ਪੰਜਾਬ ਨਾਲ ਹਰਿਆਣਾ ਦੀ ਰੂਲਿੰਗ ਸੀ ਜੀ ਉਹਨੂੰ ਉਸੇ ਤਰ੍ਹਾਂ ਹੀ ਰੱਖਿਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਕਰਨੀ ਕੋਈ ਕਾਨੂੰਨੀ ਵਿੰਗੜਣਾ ਨਹੀਂ ਇਹ ਆ ਸਵਿਧਾਨ ਜਿਹੜਾ ਉੱਥੇ ਗੱਲ ਕਰਦਾ ਕੀ ਸਵਿਧਾਨ ਦੇ ਵਿੱਚ ਦੀ ਗੱਲ ਅਮਰਤ ਸ਼ਕੋਣਾ ਕੀ ਉਹ ਸਵਿਧਾਨ ਦੇ ਵਿੱਚ ਨਹੀਂ ਆ ਰਿਹਾ ਧਾਰਮਿਕ ਆਜ਼ਾਦੀ ਨਹੀਂ ਹੈ ਠੀਕ ਕਿਸੇ ਆਪਣੇ ਨੌਜਵਾਨਾਂ ਨੂੰ ਜ਼ਰੂਰ ਹੀ ਨਹੀਂ ਸੀ ਅਮਰਤਪਾਲ ਸਿੰਘ ਜਾਂ ਕੁਝ ਹੋਰ ਜਿਹੜੇ ਉਹਨਾਂ ਦੇ ਸਾਥੀ ਸੀ ਜੀ ਔਰ ਇਹ ਨਹੀਂ ਸੀ ਕਹਿ ਰਹੇ ਕਿ ਵੀ ਨਸ਼ਿਆਂ ਨੂੰ ਸਿਰਫ ਸੈਖੀ ਛੱਡਣ ਠੀਕ ਉਹ ਕਾਰ ਰਸੀ ਪੰਜਾਬ ਦੀ ਜਵਾਨੀ ਜਿਹੜੀ ਅਸੀਂ ਪੰਜਾਬ ਬਚਾਉਣਾ ਹੂੰ ਤੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਕਰਕੇ ਕਿਸ ਤਰ੍ਹਾਂ ਇਹਨਾਂ ਨੇ ਫੜਿਆ ਕੀਤਾ ਪਰ ਜਿਸ ਤਰ੍ਹਾਂ ਆਪਾਂ ਕਰ ਗਏ ਕਿ ਧਾਰਮਿਕ ਆਜ਼ਾਦੀ ਜਾਂ ਧਰਮ ਦੀ ਗੱਲ ਸਾਡੀਆਂ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਹੈ ਤਾਂ ਬਹੁਤ ਵੱਡ ਬੜੇ ਸਾਡੇ ਕੋਲ ਦੇ ਉਹ ਕਰਖੀ ਨਹੀਂ ਹ ਕੀ ਅਜ ਉਹ ਜਿਹੜੇ ਡਿਬੜੂਗੜ੍ਹ ਝੇੜ ਦੇ ਵਿੱਚ ਆ ਕੀ ਇਹ ਜਿੰਨਾ ਵਿੱਚ ਇਹ ਤਖਤਾਂ ਦੇ ਜਥੇਦਾਰ ਬਣਾਏ ਭਾਵੇਂ ਕੋਈ ਪਾਰਟੀ ਨੇ ਆ ਤੇ ਕਾਬਜ ਤਾਂ ਹੈ ਨਾ ਉਹ ਤੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਐਗਜ਼ੈਕਟਿਵ ਕਮੇਟੀ ਜਿੰਨਾ ਵੀ ਹਤਾਲਾ ਮਾਲਾ ਜਾ ਕੇ ਜਾ ਕੇ ਉੱਥੇ ਜੇਲ੍ਹ ਦੇ ਬਾਹਰਲੇ ਪਾਸੇ ਧਰਨਾ ਕਿਉਂ ਨਹੀਂ ਲਾਉਂਦੇ ਤੁਹਾਨੂੰ ਲੱਗਦਾ ਨਹੀਂ ਕਿ ਜੋ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਤੇ ਕਮੇਟੀਆਂ ਦਾ ਰੋਲ ਨਹੀਂ ਤੇ ਕਮੇਟੀਆਂ ਤੇ 50 ਕਮੇਟੀਆਂ ਤੇ ਬਹੁਤ ਕਰਦੇ 1946 ਦੇ ਵਿੱਚ ਦਖ ਖਾਲਸਤਾਨ ਦਾ ਵੀ ਮਤਾ ਪਾਸ ਹੋ ਚੁੱਕਾ ਕੋਕੜਪਿੰਡ ਦਾ ਜਲੰਧਰ ਦੇ ਲਾਗੇ ਦਾ ਜ਼ਥੇਦਾਰ ਸੀ ਜਿਹਨੇ ਸ਼ਰੂਮਣੀ ਕਮੇਟੀ ਜਲੰਧਾ ਔਰ ਜਨਾਨੀ ਬਸਲੀ ਉਹ ਪਾਸ ਹੋਇਆ ਸੀ ਔਰ ਕਿੰਨੀ ਆਰੀ ਇਹਨਾਂ ਨੇ ਕੀ ਕੁਛ ਕੀਤਾ ਕਿੰਨੀ ਆਰੀ ਇਹਨਾਂ ਨੇ ਧਰਮਯੁੱਧ ਤੋਰੇ ਕਿੰਨੇ ਪਾਸੇ ਨੂੰ ਤੋਰੇ ਕੱਖ ਨਹੀਂ ਕਰ ਰਹੇ ਆ ਦੇਖ ਲਓ ਕਮੇਟੀ ਬਣਾ ਦਿੱਤੀ ਆ ਕਈਆਂ ਕਮੇਟੀਆਂ ਅੱਗੇ ਬਣ ਚੁੱਕੀਆਂ ਆ ਆਸ ਕਮੇਟੀ ਚੋਂ ਵੀ ਨਿਕਲਦੀ ਉਹ ਦੇਖ ਲਓ ਕਿ ਨਿਕਲਣਾ ਤੇ ਜਿਹੜੇ ਵਿੱਚੇ ਤੋਂ ਜਥੇਦਾਰ ਜਿਹੜੇ ਉਹ ਕਰਦੇ ਉਹ ਸਾਡੀ ਤਾਂ ਜੀ ਦਿੱਲੀ ਨਾਲ ਜਾਰੀ ਆ ਨਾਲੇ ਹੱਸੀ ਜਾਂਦੇ ਆ ਮੂਰਖ ਬਣਾਉਂਦੇ ਮਤਲਬ ਤੁਹਾਡਾ ਕਹਿਣਾ ਹੈ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਜੇਕਰ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਤੇ ਜੇਕਰ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ ਗਈ ਹੈ ਤਦ ਕੋਈ ਵੀ ਜੋ ਮੈਜੋਰਿਟੀ ਦੇ ਵਿੱਚ ਹੈਗਾ ਉਹ ਨੂੰ ਆਪਣੇ ਢੰਗ ਤਰੀਕੇ ਦੇ ਨਾਲ ਵਰਤਦਾ ਭਾਵੇਂ ਸਮਾਜਿਕ ਤੌਰ ਦੇ ਉੱਤੇ ਹੋਵੇ ਪਾਵੇਂ ਜ਼ਿਲ੍ਹਾ ਦੇ ਵਿੱਚ ਹੋਵੇ ਅਮਰਪ੍ਰੀਤ ਜੀ ਬਿਲਕੁਲ ਰਾਈਟ ਆ ਮੈਂ ਇਹ ਕਹਿ ਰਿਹਾ ਕਿ ਵੀ ਜੇ ਜਿਹੜੀ ਸਰਕਾਰਾਂ ਉੱਤੇ ਨਹੀਂ ਕਰਦੇ ਜਿਹੜੇ ਅਸੀਂ ਕੱਲ ਵੀ ਸਿੱਖ ਕੌਮ ਦੇ ਆਪਾਂ ਕਹਿੰਨੇ ਵੀ ਜ਼ਥੇਦਾਰ ਜਨਨ ਕਹਿੰਨੇ ਜਾਂ ਸਾਡੇ ਕੱਲ ਵੀ ਸ਼੍ਰੋਮਣੀ ਕਮੇਟੀ ਆ ਕਿ ਇਹਨਾਂ ਦਾ ਫਰਜ਼ ਨਹੀਂ ਬਣਦਾ ਜਿਹੜੀਆਂ ਮਾਮਾ ਵਿਚਾਰੀਆਂ ਭੁੱਖ ਹੜਤਾਲ ਤੇ ਬੈਠੀਆਂ ਤੇ ਇਹਦੇ ਥਾਂ ਤੇ ਇਹ ਜਿਹੜੇ ਹਕੜਮ ਚੌਧਰੀ ਆ ਇਹ ਜਿੰਨੀਆਂ ਜਿਹਾ ਇਹ ਜਾ ਕੇ ਬੈਠਦੇ ਇਹ ਬਾਹਰ ਇੱਥੇ ਹੀ ਬੈਠਦੇ ਇਹ ਜਿਹੜੇ ਕੁਝ ਜਿੰਨੇ ਜਾਂਦੇ ਦਿਬੜੂਗੜ੍ਹ ਸਾਹਮਦੇ ਵਿੱਚ ਉੱਥੇ ਜਾ ਸਕਦੇ ਸੀ ਇਹ ਇੱਥੇ ਬੈਠ ਸਕਦੇ ਸੀਗੇ ਇਹ ਤਾਂ ਆਮ ਨਾਲ ਆਪਣੀਆਂ ਮੌਜਾਂ ਕਰਦੇ ਕਿਹੜੀ ਗੱਲ ਹੈ ਕਮੇਟੀ ਬਣਾਤੀ ਪੜ ਕੇ ਫੇਰ ਕਮੇਟੀ ਦੀ ਰਿਪੋਰਟ ਆਗੇ ਕਮੇਟੀ ਫੇਰ ਬਣਾਤੀ ਕਮੇਟੀਆਂ ਕਰ ਕਰਕੇ ਤਾਂ ਬਣਾ ਬਣਾ ਕੇ ਤਾਂ ਇਹਨਾਂ ਨੇ ਉਹ ਆਪਣੇ ਕੀ ਉਹ ਝੂਠੇ ਸਾਧ ਨੂੰ ਇਹਨਾਂ ਨੇ ਜਾਣ ਕੇ ਵੀ ਮਾਫੀਆਂ ਵੀ ਦਵਾਤੀਆਂ ਸੀਗੀਆਂ ਬਿਲਕੁਲ ਜਿੱਥੇ ਅਸੀਂ ਬਿਛਲੇ 1 ਦਹਾਕੇ ਦੇ ਜਾਂ 2 ਦਹਾਕੇ ਦੇ ਘਟਨਾਕ੍ਰਮ ਦੇ ਉੱਤੇ ਨਜ਼ਰ ਪਾਉਣੀ ਆ ਤਾਂ ਸਾਨੂੰ ਜਾਪਦਾ ਇੰਜ ਹੀ ਹੈ ਕਿ ਭਾਵੇਂ ਸਰਕਾਰਾਂ ਭਾਵੇਂ ਜੋ ਪੰਥਕ ਪਾਰਟੀਆਂ ਕਹਾਉਣ ਵਾਲੀਆਂ ਜੋ ਕੁਝ ਠਿੜਾ ਨੇ ਉਹ ਸਰਕਾਰਾਂ ਦੇ ਵਿੱਚ ਰਹੀਆਂ ਜਿਨ੍ਹਾਂ ਦੇ ਉੱਤੇ ਤੌਹਮਤਾ ਲੱਗਦੀਆਂ ਰਹੀਆਂ ਕਿ ਜਿਨ੍ਹਾਂ ਨੇ ਇੱਕ ਪਾਰਟੀ ਦਾ ਹੱਕ ਭੁਗਤਦਿਆਂ ਹੋયા ਪੰਜਾਬ ਦੇ ਵਿੱਚ ਨੌਜਵਾਨੀ ਨੂੰ ਕਤਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗੁਰੂ ਘਰਾਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲੇ ਕੀਤੇ ਇੱਕ ਠਿੜ ਉਸ ਨੂੰ ਵੀ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਤੇ ਜੜੀ ਜੜੀ ਨਵੀਂ ਠਿੜ ਆਈ ਹੈ ਉਹ ਵੀ ਆਪਣੇ ਵੱਲੋਂ ਵਾਅਦੇ ਕਈ ਕੀਤੇ ਪੰਥਕ ਤੌਰ ਦੇ ਉੱਤੇ ਵੀ ਆਪਣੇ ਵੱਲੋਂ ਸਰਗਰਮੀਆਂ ਵਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਲੇਕਿਨ ਅੰਤ ਦੇ ਵਿੱਚ ਉਹ ਨਵੀਂ ਧਿਰ ਵੀ ਪਿਛਲੀ ਰਵਾਇਤੀ ਧਿਰਾਂ ਤੋਂ ਵੀ ਨਾ ਵਧ ਕੇ ਉਹਨਾਂ ਤੋਂ ਵੀ ਕੈਲੀਏ ਉੱਪਰ ਜੁੱਤੀ ਕਰਕੇ ਕੰਮ ਕਰਦੀ ਰਹੀ ਹੈ। ਇੱਥੇ ਅਸੀਂ ਗੱਲ ਲੈਣੀ ਚਾਹਾਂਗੇ ਮੌਜੂਦਾ ਸਮੇਂ ਦੇ ਵਿੱਚ ਹੋਤਾ ਸਾਡੇ ਜਿਹੜੇ ਪੋਲਿਟੀਕਲ ਲੋਕ ਇਸ ਸੰਘਰਸ਼ ਦੇ ਵਿੱਚ ਉੱਥੇ ਪਰਿਵਾਰਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਆਏ ਨੇ ਜਾਂ ਕੁਝ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਬੀਤੇ ਦਿਨ ਤੋਂ ਮਾਹੌਲ ਉੱਥੇ ਸੀਗੇ ਇਹਨਾਂ ਦੇ ਉੱਥੇ ਪਹੁੰਚਣ ਦੇ ਨਾਲ ਵੀ ਅਸੀਂ ਦੇਖਿਆ ਕਿ ਸੰਘਰਸ਼ ਦੇ ਵਿੱਚ ਲੋਕਾਂ ਦੀ ਸੰਗਤ ਦੀ ਗਿਣਤੀ ਉੱਥੇ ਵਧੀ ਨਹੀਂ ਏ ਅਸੀਂ ਕੀ ਦੇਖ ਲਈਏ ਕਿ ਇਹਨਾਂ ਦਾ ਉੱਥੇ ਪਹੁੰਚਣਾ ਵੀ ਕਿਤੇ ਨਾ ਕਿਤੇ ਕਾਰਗਰ ਸਾਬਤ ਨਹੀਂ ਹੋ ਪਾਰ ਰਿਹਾ ਕਿਉਂਕਿ ਉੱਥੇ ਪਹੁੰਚਣ ਦਾ ਇੱਕ ਮਕਸਦ ਇਹੀ ਹੋਣਾ ਚਾਹੀਦਾ ਡਵਾਲ ਸਾਹਿਬ ਤੁਸੀਂ ਵੀ ਇਹਦੇ ਉੱਤੇ ਜਵਾਬ ਦਿਓ ਬਾਅਦ ਦੇ ਵਿੱਚ ਕਿ ਨੌਜਵਾਨਾਂ ਨੂੰ ਬਾਹਰ ਕਢਾਉਣ ਦਾ ਰਸਤਾ ਕੀ ਹੈ ਸਿਰਫ ਅੱਜ ਅਸੀਂ ਐਨਐਸਏ ਹਟਵਾਉਣ ਤੱਕ ਸੀਮਤ ਨਾ ਰਹੀਏ ਉਹਨਾਂ ਦੀ ਜੇਲ੍ਹਾਂਾਂ ਦੀ ਰਿਹਾਈਆਂ ਦੀ ਗੱਲ ਕਰੀਏ ਜਿਹੜੀ ਰਿਹਾਈਆਂ ਦੀ ਗੱਲ ਅਸੀਂ 30 ਸਾਲਾਂ ਬਾਅਦ ਕਰਨੀ ਉਹ ਅੱਜ ਤੋਂ ਕਿਉਂ ਨਹੀਂ ਸੋਤ ਜੀ ਦੇਖੋ ਹੁਣ ਪ੍ਰੀਤ ਸਿੰਘ ਜਿਹੜੀ ਗੱਲ ਆ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਚੱਲੋ ਕਨਸਟੀਟਿਊਸ਼ਨ ਨੂੰ 25 ਤਾਰਾਂ ਨੂੰ ਬੱਦਲ ਹੋਣੀ ਪਹਿਲਾਂ ਪਾੜਿਆ ਸਾਡੇ ਵਰਗਿਆਂ ਤੋਂ ਵੀ ਪੜਾਇਆ ਅਸੀਂ ਕੁੱਟਾਂ ਵੀ ਖਾਧੀਆਂ ਰਾਈਟ ਮਗਰਮੋਂ ਦਾ ਹੋਇਆ ਕੀ ਉਹ ਉਹਨਾਂ ਨੇ ਜਾ ਕੇ ਸਰਕਾਰ ਤੋਂ ਉਹਦਾ ਇਨਾਮ ਲੈ ਲੈ ਤੇ ਸਰਕਾਰਾਂ ਚ ਬਹਿ ਗਏ ਠੀਕ ਜਿਹੜਾ ਵੀ ਉੱਥੇ ਇਸ ਵੇਲੇ ਕਿ ਪਹਿਲਾਂ ਤੋਂ 1947 ਦੇ ਵਿੱਚ ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਅਸੀਂ ਉਹਨਾਂ ਦਾ ਅੱਜ ਭੋਗ ਰਹੇ ਹਾਂ ਅੱਜ ਅਸੀਂ ਜ਼ੁਲਮ ਸਹਿ ਰਹੇ ਹਾਂ ਜਿਹੜਾ ਹਿੰਦੁਸਤਾਨ ਦੀ ਸਰਕਾਰ ਸਾਡੇ ਤੇ ਜ਼ੁਲਮ ਕਰ ਰਹੀ ਆ ਜੱਗੀ ਜੋੜਾ ਇਥੋਂ ਕਿ ਨਾ ਬ੍ਰਿਟਿਸ਼ ਸਿਟੀਜ਼ਨ ਹੋਣਾ ਉਹਨੂੰ ਕੀ ਹੋਇਆ ਬਸ ਇਹਨਾਂ ਨੂੰ ਇਹੇ ਜਵਾਬ ਦਿੰਦੇ ਇਟਸ ਇੰਟਰਨਲ ਮੈਟਰ ਹਮ ਹੁਣ ਗੱਲ ਤਾਂ ਤੁਹਾਨੂੰ ਇਹ ਸੋਚਣੀ ਪੈਣੀ ਆ ਕਿੰਨਾ ਚਿਰ ਅਸੀਂ ਆਪਣੇ ਇੰਟਰਨਲ ਮੈਟਰ ਚ ਹੀ ਰਹਿਣਾ ਜਿੰਨੇ ਮਰਜ਼ੀ ਮਜਾਰੇ ਕਰ ਲਓ ਹਾਂ ਇਹ ਜ਼ਰੂਰ ਆ ਕਿ ਬਾਹਰਲੀ ਦੁਨੀਆ ਨੂੰ ਅਸੀਂ ਦੱਸ ਸਕਦੇ ਆ ਜਿਹੜੇ ਉੱਥੇ ਦੇ ਆ ਉਹਨਾਂ ਦੇ ਕੰਨਾਂ ਤੇ ਜੂਨੀ ਸਰਕਦੀ ਹੁਣ ਕੋਈ ਵੀ ਕੰਮ ਆ ਦੇਖੋ ਇਹ ਨੌਜਵਾਨਾਂ ਨੇ ਕਿਹੜਾ ਕੋਈ ਮਾੜਾ ਕੰਮ ਕੀਤਾ ਸੀਗਾ ਇਹਨਾਂ ਨੂੰ ਚਾਕੇ ਉੱਥੇ ਜੇਲ੍ਹ ਚ ਸਿੱਡ ਦਿੱਤਾ ਤਾਂ ਕਿ ਪੰਜਾਬ ਦੀ ਜਿਹੜੀ ਪਬਲਿਕ ਆ ਉਹਨਾਂ ਦੇ ਅੱਖਾਂ ਦੇ ਸਾਹਮਣੇ ਇਹ ਚੀਜ਼ ਨਾ ਆਵੇ ਜੀ ਨਾ ਉਹ ਉੱਠ ਸਕਣ ਜਿਹੜਾ ਜਾਨੀ ਉਹਨਾਂ ਨੇ ਬਹੁਤ ਹੀ ਗਲਤ ਕੀਤਾ ਜਿਸ ਤਰੀਕੇ ਦੇ ਨਾਲ ਅੰਗਰੇਜ਼ ਬਾਹਰਲੇ ਮੁਲਕਾਂ ਦੇ ਵਿੱਚ ਕਾਲੇ ਪਾਣੀ ਭੇਜ ਦਿਓ ਜੀ ਫਲਾਣਾ ਕਰ ਦਿਓ ਜੀ ਉਹ ਕਰ ਦਿਓ ਇਹ ਉਹਨਾਂ ਦੀਆਂ ਰੀਸਾਂ ਕਰ ਰਹੇ ਆ ਇਹ ਹੈ ਰੰਗ ਜੇਬ ਦੇ ਟਾਈਮ ਤੇ ਤੁਹਾਨੂੰ ਸਿਰਾਂ ਦਾ ਮੁੱਲ ਪੈਂਦਾ ਸੀ ਇਸ ਵੇਲੇ ਵੀ ਇਹ ਤੁਹਾਡੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਰਹੇ ਆ ਇਹ ਉਹਨਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਰਹੇ ਆ ਜੀ ਕੌਕੇ ਦਾ ਮਿਸਾਲ ਹੋ ਆ ਕੋ ਹਮ ਜਥੇਦਾਰ ਸਾਹਿਬ ਦਾ ਹਮ ਰਾਈਟ ਕਤਈ ਸਾਲ ਬਾਅਦ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਸਾਹਮਣੇ ਆਈ ਆ ਕੀ ਬਾਦਲ ਹੋਣਾ ਨੂੰ ਜਾਂ ਹੋਰ ਜਿਹੜੇ ਸੀਗੇ ਉਹਨਾਂ ਨੂੰ ਪਤਾ ਨਹੀਂ ਸੀ ਪਤਾ ਸੀ ਦਬੀ ਸੀ ਹਮ ਪਰ ਆਫ ਨਹੀਂ ਨਿਕਲ ਦੇਣੀ ਰਾਈਟ ਜਿਸ ਵੇਲੇ ਹੁਣ ਬਾਹਰਲੇ ਲੋਕਾਂ ਨੂੰ ਪਤਾ ਲੱਗਾ ਹੁਣ ਤੁਹਾਡੇ ਸਾਹਮਣੇ ਆ ਕੈਨੇਡਾ ਦੇ ਵਿੱਚ ਨੀਜਰ ਸਾਹਿਬ ਇੱਥੇ ਖੰਡਾ ਰਾਈਟ ਤੇ ਹੋਰ ਵੀ ਆ ਪੰਨੂ ਹੁਣੀ ਵੀ ਆ ਹੁਣ ਜਿਹੜਾ ਉਹਨਾਂ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜੇ ਬਾਹਰ ਹਨਾ ਬੋਲਦੇ ਆ ਜੀ ਇਹਨਾਂ ਨੂੰ ਵੀ ਅਸੀਂ ਬੰਦ ਕਰੀਏ ਹੁਣ ਮੈਂ ਮੈਂ ਤੁਹਾਨੂੰ ਪਰਸਨਲੀ ਦੱਸ ਰਿਹਾ ਕਿ ਅਸੀਂ ਜਦ ਜਾਈਦਾ ਨਾ ਮਜ਼ਾਰੇ ਤੇ ਤਾਂ ਉਹ ਸਾਡਾ ਜਿਹੜਾ ਸਾਡੇ ਨਾਲ ਤੁਰਦਾ ਉਹਨੂੰ ਸਭ ਸਿਖਾਉਣ ਲਈ ਉਹਨੂੰ ਕਹਿਣ ਲਈ ਇਹ ਤਾਂ ਇਹ ਤਾਂ ਮਰਨਾ ਹੀ ਆ ਤੁਸੀਂ ਕਹਨ ਨੂੰ ਨਾਲ ਜਾਣੇ ਆ ਹੂੰ ਤੁਹਾਡੀਆਂ ਜਮੀਨਾਂ ਜਦ ਤੁਸੀਂ ਉੱਥੇ ਜਾਓਗੇ ਤੇ ਤੁਹਾਡੀਆਂ ਫੋਟੋ ਜਿਹੜੀਆਂ ਹਨ ਉਹ ਅਸੀਂ ਦੇਖ ਕੇ ਤਾਂ ਫਿਰ ਉੱਥੇ ਤੁਹਾਨੂੰ ਡਿਫਿਕਲਟੀਜ਼ ਹੋਣੀਆਂ ਹੁਣ ਬਹੁਤ ਸਾਰੇ ਬੰਦਿਆਂ ਨੂੰ ਅਸੀਂ ਕਹਿਦਾ ਕਿ ਚਲੋ ਨਾਲ ਉਹ ਕਹਿੰਦੇ ਆ ਜੀ ਤੈਂ ਤਾਂ ਤੈਂ ਤਾਂ ਹੁਣ ਨਾ ਜਾਣਾ ਆ ਤੇ ਨਾ ਕੋਈ ਹੋਰ ਗੱਲ ਹੋ ਆ ਪਰ ਤੇਰੇ ਨਾਲ ਅਸੀਂ ਜਾ ਕੇ ਅਸੀਂ ਆਪਣੀਆਂ ਜਮੀਨਾਂ ਬਚਾਉਣੀਆਂ ਦੇਖੋ ਗੱਲ ਗੱਲ ਉਹਨਾਂ ਦੀ ਸਹੀ ਆ ਹੋ ਗੱਲ ਮੋੜ ਕੇ ਕਿ ਕਿ ਉੱਥੇ ਆਉਂਦੀ ਆ ਪੇ ਹੁਣ ਅਸੀਂ ਕੀ ਕਰੀਏ ਕੀ ਕਰੀਏ ਔਰ ਉਹ ਜਿਹੜਾ ਇੱਕ ਤਰੀਕਾ ਆ ਉਹ ਇਹ ਆ ਕਿ ਤੁਹਾਨੂੰ ਬਾਹਰਲੀ ਦੁਨੀਆ ਨੂੰ ਇਹ ਦੱਸਣ ਦਿਆ ਸਾਡਾ ਤੇ ਹਈਆ ਹੋਣਾ ਚਾਹੀਦਾ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਕਿਸੇ ਕਨਸਟੀਟਿਊਸ਼ਨ ਨੇ ਨਹੀਂ ਬਣਦੀ ਔਰ ਝੂਠ ਬੋਲਦੀ ਆ ਡਟ ਕੇ ਤੇ ਕਹਿੰਦੀ ਆ ਪੇ ਡੈਮੋਕਰੇਸੀ ਆ ਕੋਈ ਡੈਮੋਕ੍ਰੇਸੀ ਨਹੀਂ ਹੈਗੀ ਆ ਉਥੇ ਡਿਕਟੇਟਰਸ਼ਿਪ ਆ ਜਿਸकी भैंस ਜਿਸकी लाठी उसकी भैंस जी ਅਟਵਾਲ ਸਾਹਿਬ ਮੈਂ ਇਥੇ ਇਸੇ ਵਿਸ਼ੇ ਦੇ ਉੱਤੇ ਜੋ ਸਵਾਲ ਸੀਗਾ ਉਹਨੂੰ ਦੋ ਹਿੱਸਿਆਂ 'ਚ ਵੰਡ ਰਿਆ ਮੈਂ ਚਾਹਾਂਗਾ ਤੁਸੀਂ ਦੋਨਾਂ ਦੇ ਜਵਾਬ ਜ਼ਰੂਰ ਦਿਓ ਪਹਿਲਾ ਨੌਜਵਾਨਾਂ ਨੂੰ ਬਾਹਰ ਕਢਾਉਣ ਦਾ ਰਸਤਾ ਇਸ ਵੇਲੇ ਕੀ ਹੋਣਾ ਚਾਹੀਦਾ ਹੈ ਕਿ ਸਾਨੂੰ ਚੰਗੇ ਵਕੀਲਾਂ ਦੀ ਲੋੜ ਹੈ ਕਿ ਸਾਨੂੰ ਚੰਗੇ ਰੈਫਰੈਂਸਸ ਦੀ ਲੋੜ ਹੈ ਦੂਸਰਾ ਕੀ ਸਾਡੇ ਟੀਚੇ ਛੋਟੇ ਨੇ ਕਿ ਐਨਐਸਏ ਹਟਾ ਦਿੱਤੀ ਜਾਏ ਤੇ ਉਹਨਾਂ ਨੂੰ ਇੱਥੇ ਵਾਪਸ ਲਿਆਂਦਾ ਜਾਏ ਇਹ ਦੋਨਾਂ ਨੂੰ ਥੋੜਾ ਜਿਹਾ ਪ੍ਰੈਸਕ੍ਰਾਈਬ ਕਰਕੇ ਤੁਸੀਂ ਸਾਰਿਆਂ ਨੂੰ ਪਹਿਲੀ ਤੇ ਗੱਲ ਹੈਗੇ ਕੱਲੀ ਐਨਐਸਏ ਦੀ ਨਹੀਂ ਉਹਨਾਂ ਨੂੰ ਰਹਾ ਕੀਤਾ ਜਾਣਾ ਚਾਹੀਦਾ ਇਹ ਸਾਡੀ ਡਿਮਾਂਡ ਆ ਪੂਰੀ ਦੂਜੀ ਗੱਲ ਇਹ ਹੈਗੀ ਆ ਕਿ ਵੀ ਤਰੀਕਾ ਕੀ ਜਾ ਜਿਹੜੀਆਂ ਜਦੋਂ ਪੋਲਿਟੀਕਲ ਵੀਰ ਲਾ ਲੋ ਪਾਰਟੀਆਂ ਉਨ੍ਹਾਂ ਦੇ ਵਿੱਚ ਵੱਡ-ਵੱਡੇ ਰੈਲੀਆਂ ਤਾਂ ਕਰਦੇ ਨੇ ਐਨੇ ਲੱਖ ਦੀ ਹੋ ਗਈ ਐਨੇ ਲੱਖ ਦੀ ਹੋ ਗਈ ਕੀ ਅੱਜ ਜਾਂ ਪੰਜਾਬ ਬਚਾਓ ਵਾਲੇ ਵੀ ਤੁਰ ਪੈਣਾ ਬਾਦਲ ਕੇ ਕੀ ਅੱਜ ਪੰਜਾਬ ਉੱਠ ਕੇ ਇੱਥੇ ਨਹੀਂ ਜਾ ਸਕਦਾ ਉੱਥੇ ਤਾਂ ਇੱਥੇ ਹਰ ਇੱਕ ਥਾਂ ਦੇ ਉੱਤੇ ਹਰ ਇੱਕ ਕਚੈਰੀ ਕੇਰੀ ਜਾਵੇ ਹਮ ਹਰ ਇੱਕ ਥਾਂ ਦੇ ਉੱਤੇ ਆਪਣੀ ਗੱਲ ਕੀਤੀ ਜਾਵੇ ਜੀ ਚਾਹੇ ਮੈਂ ਪਹਿਲਾਂ ਕਹਿ ਚੁੱਕਾ ਤਖਤਾ ਨੇ ਜ਼ਥੇਦਾਰ ਹੋਣ ਸ਼੍ਰੋਮਣੀ ਕਮੇਟੀ ਦੇ ਹੋਣ ਪਬਲਿਕ ਤੁਰਨ ਨੂੰ ਤਿਆਰ ਆ ਪਰ ਉਹ ਕਹਿੰਦੇ ਵੀ ਇਹਨਾਂ ਚੋਰਾਂ ਨੇ ਅੱਗੇ ਇੰਨੇ ਸਾਲ 47 ਤੋਂ ਬਾਅਦ ਸਾਡੇ ਨਾਲ ਕੀਤਾ ਕੀ ਆ। ਇਸੇ ਕਰਕੇ ਜਿਹੜੀ ਪਬਲਿਕ ਨਹੀਂ ਤੁਰਦੀ ਪਬਲਿਕ ਤੁਰ ਸਕਦੀ ਆ। ਜੀ। ਜਦੋਂ ਮਾਸ ਬੇਚ ਦੇ ਉੱਤੇ ਨਾਲ ਲੋਕ ਤੁਰ ਪੈਣ। ਜੀ। ਜਿੱਦਾਂ ਹੁਣ ਤੁਸੀਂ ਲਾ ਲਓ ਉਹ ਮੋਰਚਾ ਲੱਗਾ ਨਾ ਕਥਾਨੀ ਮੋਰਚਾ। ਜੇਕਰ ਉਹਦੇ ਇਹ ਮਾਸ ਬੇਚ ਤੇ ਤੁਰ ਪੈਣ ਤਾਂ ਕਿੰਨਿਆਂ ਨੂੰ ਰੋਕ ਲੈਣਗੇ ਇਹ। ਜੇ ਇਹ ਸਾਰੇ ਤੌਰ ਤੇ ਲੱਗ ਜਾਣ ਵਿਚੇ ਹੀ ਉਥੇ ਦਿਬੜੂਗੜ ਜੇਲ੍ਹ ਨੂੰ ਜਿੰਨੀ ਲੀਡਰਸ਼ਿਪ ਜਾਣ ਹੋਰ ਕਿਹੜੇ ਨੇ ਕੀਤੇ ਆ ਸਮਰਜੀਤ ਸਿੰਘ ਮਾਨ ਨੇ ਤਾਂ ਉਹਦੀ ਪਾਰਟੀ ਨੇ ਦਿਖ ਰੋ ਆਪਣੇ ਉਹ ਜਿਹੜੇ ਆ ਰੇਲੋ ਰੋਕ ਕੀਤੀ ਉਹਨਾਂ ਸਾਰਿਆਂ ਨੂੰ ਅੰਦਰ ਫਾਟਾ ਮਗਰੋਂ ਛੱਡਤਾ ਜੀ ਤੇ ਜੇ ਸਾਰੇ ਰਲ ਕੇ ਤੁਰ ਪੈਂਦਾ ਤੇ ਉਹਨਾਂ ਦੀ ਜਿਹੜੀ ਪਹਿਲ ਕਰਨ ਦੀ ਬਣਦੀ ਜਿਹੜੇ ਕਹੋਂਦੇ ਨਾ ਕਿ ਮਿੰਨੀ ਪਾਰਲੀਮੈਂਟ ਸਾਡੀ ਹੈ ਸ਼ਰੂਮਣੀ ਕਮੇਟੀ ਤੇ ਅਕਾਲ ਤਖਤ ਦਾ ਜ਼ਥੇਦਾਰ ਗੱਲਾਂ ਤਾਂ ਕਹਿੰਦੇ ਮੈਂ ਜ਼ਥੇਦਾਰ ਹਾਂ ਪਰ ਇਹ ਕਰਦੇ ਕੀ ਆ ਜੀ ਇਹਨਾਂ ਦੀ ਇਹ ਗੱਲ ਤੋਂ ਨਹੀਂ ਕਿ ਬਾਕੀ ਆਪਾਂ ਬਾਹਰ ਕੀ ਕਰ ਸਕਦੇ ਹਾਂ ਬਾਹਰ ਬੈਠੇ ਅਸੀਂ ਇਹ ਚ ਕਰ ਸਕਦੇ ਵੀ ਜਿੰਨੇ ਵੀ ਗੁਰੂ ਘਰਾਂ ਦੇ ਪ੍ਰਬੰਧਕ ਹੈ ਮੇਰੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਮੈਂ ਕਿਸੇ ਤੇ ਇੱਕ ਤੇ ਟਿੱਪਣੀ ਨਹੀਂ ਕਰਦਾ ਜੀ ਗੇ ਬਾਕਿਆ ਜੇ ਅਸੀਂ ਸੋਚਦੇ ਸੋਤਾ ਸਾਹਿਬ ਕਹ ਚੁੱਕੇ ਕਿ ਸਾਡੀਆਂ ਜ਼ਮੀਨਾਂ ਤੇ ਜਦੋਂ ਮਰ ਗਈ ਜ਼ਮੀਨਾਂ ਕਿੱਥੇ ਜਾਣੀਆਂ ਤੇ ਜੇ ਇਹ ਆਪਾਂ ਸੋਚ ਲਈਏ ਫਿਰ ਗੁਲਾਮੀ ਤੇ ਹੀ ਆ ਨਾ ਫਿਰ ਤੇ ਸਿੱਖ ਤਾਂ ਗੁਲਾਮ ਰਹਿ ਨਹੀਂ ਸਕਦਾ ਤੇ ਫਿਰ ਅਸੀਂ ਆਪਣੇ ਆਪ ਨੂੰ ਵੀ ਕਹਾਉਣੇ ਹੀ ਸਿੱਖ ਵੀ ਹਾਂ ਤੇ ਫਿਰ ਸਾਡੀਆਂ ਜ਼ਮੀਨਾਂ ਵੀ ਬਚ ਜਾਣਾਂ ਤੇ ਗਾਂਹਾਂ ਇਹ ਦੇਖ ਲਓ ਕਿ ਭੀ ਗਾਂਹ ਸਾਡੀ ਜਿਹੜੀ ਗਾਂਹ ਪਨੀਰੀ ਆ ਕੀ ਉਹਨੂੰ ਜਾ ਕੇ ਜ਼ਮੀਨਾਂ ਸੰਭਣੀਆਂ ਸਾਡੀਆਂ ਹੂੰ ਦੂਸਰੀ ਗੱਲ ਹੈ ਜਿੰਨੇ ਗੁਰੂ ਘਰਾਂ ਦੇ ਪ੍ਰਬੰਧਕ ਆ ਔਰ ਉਹ ਆਪਣੀ ਜ਼ਿੰਮੇਵਾਰੀ ਕੀ ਲੈਂਦੇ ਆ ਜਦੋਂ ਸਾਡੀਆਂ ਇਲੈਕਸ਼ਨਾਂ ਹੁੰਦੀਆਂ ਜੀ ਅਸੀਂ ਇੱਕ ਦੂਜੇ ਨਾਲ ਲੜਦੇ ਪੜਦੇ ਹਾਂ ਤੋਹਮਤਵਾਜੀ ਕਰਦੇ ਆ ਮੈਂ ਪ੍ਰਧਾਨ ਬਣਨਾ ਮੈਂ ਜਨਤ ਕੱਤਰ ਬਣਨਾ ਮੈਂ ਆ ਬਣਨਾ ਪਰ ਕੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਹੀਂ ਉਹ ਸਾਡੇ ਸਿੱਖ ਬੱਚੇ ਨਹੀਂ ਉਹ ਸਾਡੀਆਂ ਮਾਮਾ ਨਹੀਂ ਉਹ ਬੀਬੀਆਂ ਨਹੀਂ ਜਿਹੜੀਆਂ ਤੱਬੀਆਂ ਸਾਡੇ ਤੇ ਅਤਿਆਚਾਰ ਹੋ ਰਿਹਾ ਸਾਡੇ ਬੱਚੇ ਮਰ ਰਹੇ ਬੱਚੀਆਂ ਮਰ ਰਹੀਆਂ ਡਰਗ ਦੇ ਨਾਲ ਕੀ ਅਸੀਂ ਨਾਮਨਾ ਇਥੇ ਪ੍ਰਧਾਨਗੀਆਂ ਜੋ ਗਈਆਂ ਕੀ ਅਸੀਂ ਮੈਂ ਅੱਗੇ ਵੀ ਆਪ ਜੀ ਦੇ ਇਥੇ ਚੈਨਲ ਤੇ ਕਹਿ ਚੁੱਕਾ ਜਦੋਂ ਗੁਰਦੁਆਰਾ ਸਾਹਿਬ ਜਾਨੇ ਅਰਦਾਸ ਹੁੰਦੀ ਜਾਂ ਜਿਹੜਾ ਆਪਾਂ ਪਾਠ ਕਰਦਾ ਕੋਈ ਵੀ ਨਿਤਨੇਮ ਅਰਦਾਸ ਕਰਦੇ ਨਾ ਜੀ ਹੱਥ ਜੋੜ ਕੇ ਖੜ ਜੰਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ カール फेडर राज भाग ਵੀ ਖੁੱਸਿਆ ਜਾ ਜੀ ਉਹ ਵੀ ਨਹੀਂ ਵਾਪਸ ਲੈ ਸਕੇ ਭਰਾ ਦੀ ਭਰਾ ਦੀ ਜ਼ਮੀਨ ਦੇ ਨਾਲ ਵੀ 4 ਇੰਚ ਤੇ ਇੱਕ ਦੂਜੇ ਨੂੰ ਮਰ ਛੜਦੇ ਆ ਤੇ ਸਾਡੀ ਕਹਿੰਦੇ ਆ ਕੀ ਤਾਂ ਸਾਰੇ ਜਾ ਉਹ ਹਰਿਆਣਿਆਂ ਲੋ ਆ ਕੇ ਮਾਰ ਮਾਰ ਗੋਲੀਆਂ ਮਾਰੀ ਜਾਂਦੇ ਸਭ ਕੋ ਕਲੀ ਜਾਂਦੇ ਆ ਬਿਲਕੁਲ ਸੋਹਤਾ ਸਾਹਿਬ ਜੋ ਕਹ ਹਟੇ ਸੱਚ ਆ ਕਿ ਉਹਨਾਂ ਤਾਂ ਬਾਰਡਰ ਲਾ ਦਿੱਤਾ ਉਹਨਾਂ ਤਾਂ ਪੱਕਾ ਬਾਰਡਰ ਲਾਤੇ ਤੇ ਹੁਣ ਸਾਡੇ ਤੇ ਆ ਅਸੀਂ ਉਥੋਂ ਬਾਰਡਰ ਨੂੰ ਕਰਕੇ ਆਪਣੀ ਨੂੰ ਇੰਟਰਨੈਸ਼ਨਲ ਸਰਹੱਦ ਮੰਨਦੇ ਕਨੇ ਮੰਨਦੇ ਦੂਜੀ ਜਿਹੀ ਜਿਹਾ ਸੀ ਹੋਰ ਕੀ ਕਰੀਏ ਬਾਹਰੀਆਂ ਕੰਟਰੀਆਂ ਚ ਆਪਾਂ ਰਹਿੰਨੇ ਹੈ ਤਾਂ ਸੰਵਿਧਾਨ ਉੱਥੇ ਵੀ ਇੱਡੇ ਰਾਲੇ ਮਲੇ ਬਣੇ ਜੀ ਇੰਡੀਆ ਦੀ ਵੀ ਇੱਥੇ ਦੀ ਕਾਰਬਨ ਕਾਪੀ ਆ ਅਖੇ ਗੁਰੂ ਘਰਾਂ ਦੇ ਵਿੱਚ ਮਤੇ ਪਾਸ ਕਰੀਏ ਰੈਗੂਲੇਸ਼ਨ ਪਾਸ ਕਰੀਏ ਕਈ ਵਾਰਾ ਲਿਖਣ ਦੇ ਵਿੱਚ ਆ ਜਾਂਦੀ ਹੈ ਦਿੱਕਤ ਕਈਆਂ ਨੂੰ ਸਾਡੀਆਂ ਸੰਗਠਾਾਂ ਦੇ ਵਿੱਚ ਬੜੇ ਪ੍ਰੋਫੈਸ਼ਨਲ ਬੱਚੇ ਬੱਚੀਆਂ ਬੈਠੀਆਂ ਵਕੀਲ ਬੈਠੇ ਅਕਾਊਂਟੈਂਟ ਬੈਠੇ ਆ ਬਹੁਤ ਬੈਠੇ ਆ ਉਹ ਲਿਖ ਸਕਦੇ ਡਰਾਫਟ ਕਰ ਸਕਦੇ ਅਸੀਂ ਉਹ ਉਥੇ ਡਰਾਫਟ ਕਰਕੇ ਆਪਣੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਗਤ ਦੇ ਵਿੱਚ ਉਹ ਰੱਖ ਕੇ ਜਿੱਦਾਂ ਆਹ ਕਾਗਜ਼ਿਆ ਨਾ ਪਾਸ ਕਰਵਾ ਕੇ ਮਤਾ ਨਾ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਨੂੰ ਇੰਡੀਆ ਦਾ ਜਿਹੜਾ ਆਪਣਾ ਹੈਗਾ ਹੋਮ ਮਿਨਿਸਟਰ ਉਹਨੂੰ ਉਹਨਾਂ ਨੂੰ ਆਪਾਂ ਭੇਜਿਏ ਤੇ ਕਾਪੀ ਰੱਖੀਏ ਮੈਂ ਪ੍ਰਪੋਜ਼ ਕਰਾਂਗਾ ਤੁਸੀਂ ਨਹੀਂ ਇਹ ਕਹਿ ਰਹੇ ਨਾ ਮੈਨੂੰ ਚੈਨਲ ਨੇ ਆਪਾਂ ਕਹਿੰਦੇ ਵੀ ਸਾਂਝਾ ਕੋਣ ਆ ਹੂੰ ਮੈਂ ਸਾਹਮਦਾ ਸਾਡੇ ਚੈਨਲ ਸੰਜੇ ਆ ਤੁਸੀਂ ਇਹ ਇਨੀਸ਼ੀਏਟਿਵ ਲੈ ਰਹੇ ਜੀ ਔਰ ਉਹਦੀ ਕਾਪੀ ਤੁਹਾਨੂੰ ਭੇਜ ਦਿਆਂ ਜਾਂ ਕੋਲ ਰੱਖ ਲੈਣ ਅਸੀਂ ਉਹ ਇਕੱਠੀਆਂ ਕਰਕੇ ਯੂਨ ਨੂੰ ਭੇਜ ਗਏ ਆਪਾਂ ਨੂੰ ਇਹ ਪਤਾ ਇੱਕਦਮ ਹੋਣਾ ਨਹੀਂ ਐਟ ਲੀਸਟ ਦੁਨੀਆਂ ਦੇ ਵਿੱਚ ਇੱਚੀ ਤੇ ਜਾਊ ਜਿੰਨੀ ਸਾਡੀ ਸਿੱਖ ਸੰਗਤ ਆ ਕੰਗਰੀਗੇਸ਼ਨ ਆ ਉਹਨਾਂ ਨੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪ੍ਰਬੰਧ ਕਰਨੇ ਮੋਸ਼ਨ ਰੱਖ ਕੇ ਪਾਸ ਕਰਵਾਇਆ ਔਰ ਉਹ ਜਿਹੜੇ ਮੋਸ਼ਨ ਹੈ ਕੱਲੇ ਕੱਲ ਏਦਾਂ ਨਹੀਂ ਵੀ ਇੱਕ ਦਾ ਕਰਦੇ ਉਹ ਹੀ ਫੋਟੋ ਕਾਪੀ ਕਰਕੇ ਕਰੋ ਨਾ ਵੱਖਰਾ ਵੱਖਰਾ ਆਪਣੀ ਕੌਂਗ੍ਰੀਗੇਸ਼ਨ ਤੋਂ ਉਹਨੂੰ ਕਰਕੇ ਪੰਜਾਬ ਦੇ ਡੀਜੀਪੀ ਸੀਐਮ ਨੂੰ ਔਰ ਦੂਸਰਾ ਚਲੋ ਪ੍ਰਾਈਮ ਮਿਨਿਸਟਰ ਨੂੰ ਵੀ ਕਰ ਦਿਓ ਪਰ ਮੇਨ ਚੀਜ਼ ਇਹਦੇ ਵਿੱਚ ਆਉਂਦੀ ਜਿਹੜਾ ਹੋਮ ਮਿਨਿਸਟਰ ਹੈ ਉਹਨਾਂ ਨੂੰ ਭੇਜਿਆ ਵੀ ਤੇ ਜੂਨ ਨੂੰ ਉਹਨਾਂ ਵੀ ਸਾਡੇ ਨਾਲ ਆ ਤੱਕਾ ਹੋ ਰਿਹਾ ਸਾਡੇ ਨਾਲ ਬੇਇਨਸਾਫੀ ਹੋ ਰਹੀ ਸਾਡੇ ਹਿਊਮਨ ਰਾਈਟਸ ਨੂੰ ਕਿਉਂਕਿ ਦੁਨੀਆਂ ਦੇ ਵਿੱਚ ਹੁਣ ਕਾਫੀ ਗੱਲ ਉਧਰੀ ਆ ਬਹੁਤ ਸਾਰੇ ਮਨਪ੍ਰੀਤ ਜੀ ਲੋਕ ਕਹ ਰਹੇ ਹੁਣ ਜੀ ਬਾਹਰਲੇ ਆਊਟਕੜ ਕੋਈ ਬਾਹਰ ਦੇ ਤਾਂ ਤੁਹਾਡੀ ਤਾਂ ਮਦਦ ਕਰਨਗੇ ਜੇ ਤੁਸੀਂ ਖੁਦ ਆਪਦੀ ਮਦਦ ਕਰੋਗੇ ਅਸੀਂ ਗੁਰੂ ਘਰਾਂ ਤੋਂ ਕਿਉਂ ਨਹੀਂ ਕਰਦੇ ਅਸੀਂ ਸਿੱਖ ਸੰਗਤਾਂ ਕਿਉਂ ਨਹੀਂ ਕਰਦੇ ਕਿ ਅਸੀਂ ਸੋਚਦੇ ਹਾਂ ਚੁੱਪ ਕਰਕੇ ਬਹਿ ਜਾਈਏ ਮੈਂ ਨਹੀਂ ਹੱਥ ਖੜਾ ਕਰਨਾ ਤੇ ਜੇ ਮੇਰਾ ਬੱਚਾ ਉੱਥੇ ਅੜਿਆ ਹੁੰਦਾ ਤਾਂ ਕੀ ਕਰ ਮੈਂ ਹੱਥ ਖੜਾ ਨਾ ਕਰਦਾ ਇਹ ਸਾਡੀ ਇਹ ਮੈਂ ਇੱਕ ਪ੍ਰਪੋਜ਼ਲ ਆ ਇਹ ਸੀਰੀਅਸਲੀ ਸਾਧ ਸੰਗਤ ਜੀ ਲੈਣੀ ਚਾਹੀਦੀ ਸਾਨੂੰ ਇਹਦੇ ਵਿੱਚ ਕਿਸੇ ਦੀ ਵਿਰੋਧਤਾ ਨਹੀਂ ਕਿ ਸਾਡਾ ਸਾਡਾ ਹੱਕ ਅਠੀਕ ਧਰਮ ਨੂੰ ਮੰਨਦੇ ਆ ਸਾਡੇ ਧਰਮਨ ਜੀ ਜਿਹੜਾ ਧਰਮੀ ਬੰਦਾ ਉਹ ਦੂਜੇ ਦੇ ਵੀ ਹੱਕ ਦੀ ਗੱਲ ਕਰਦਾ ਜੇਕਰ ਹੋਰ ਵੀ ਕਿਸੇ ਦੇ ਨਾਲ ਜਾਤੀ ਹੁੰਦੀ ਜਾਂਹੀਂ ਖੜਦੇ ਤਾਂਹੀਂ ਆਪਣੇ ਬੱਚਿਆਂ ਨਾਲ ਕਿਉਂ ਨਹੀਂ ਖੜਦੇ ਖੜੀਏ ਸੋਤਾ ਸਾਹਿਬ ਇਸ ਪ੍ਰੋਪੋਜ਼ਲ ਦੇ ਉੱਤੇ ਤੁਹਾਡੇ ਕੀ ਵਿਚਾਰ ਦੇਖੋ ਇਹ ਮੇਰਾ ਤੇ ਬਲੀਵ ਕਰਨਾ ਆ ਕਿ ਜਿਹੜਾ ਵੀ ਜੋ ਕਰ ਸਕਦਾ ਨਾ ਉਹ ਕਰਨਾ ਚਾਹੀਦਾ ਸਾਡੇ ਉਹਦੇ ਉੱਪਰ ਕੋਈ ਬੈਲੈਂਸ ਨਹੀਂ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਨਹੀਂ ਪਤਾ ਕਿਹੜੇ ਬੰਦੇ ਦੀ ਗੱਲ ਕਹੀਓ ਕਿ ਇਸ ਵੇਲੇ ਕੇ ਨੀ ਮੰਨ ਲੈਣੀਆਂ ਲੇਕਿਨ ਇੱਕ ਚੀਜ਼ ਜ਼ਰੂਰ ਵਾ ਕਿ ਹੁਣ ਅਸੀਂ ਬਾਹਰ ਬੈਠੇ ਜਿਹੜੇ ਆ ਜੇ ਅਸੀਂ 1984 ਤੋਂ ਬਾਅਦ ਜਾਂ 1978 ਤੋਂ ਬਾਅਦ ਆ ਗੱਲ ਨਾ ਚੱਕਦੇ ਨਾ ਕਰਦੇ ਤਾਂ ਫੇਰ ਸਾਡਾ ਕੀ ਹਾਲ ਹੋਣਾ ਸੀਗਾ ਹੁਣ ਜਿਹੜਾ ਜੋ ਕੁਝ ਹੋਇਆ ਆ ਇੱਕ ਗੱਲ ਕਲੀਅਰ ਵਾ ਜਿਹੜਾ ਸਾਨੂੰ ਪੀਸਫੁਲੀ ਪੀਪਲ ਪਾਵਰ ਆਪਣਾ ਜਿਹੜਾ ਉਹਨਾਂ ਦਾ ਰੋਸਵਾ ਉਹ ਜਿੰਨਾ ਚਿਰ ਸੜਕਾਂ ਤੇ ਜਾ ਕੇ ਉਹ ਆਪਣਾ ਨਹੀਂ ਕੱਢਦੇ ਨਹੀਂ ਦੱਸਦੇ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਉਹਨਾਂ ਚਿਰ ਮਾਂ ਦੁੱਧ ਨਹੀਂ ਦਿੰਦੀ ਸਾਨੂੰ ਇਹ ਜਿਹੜਾ ਆ ਜਿੱਥੇ-ਜਿੱਥੇ ਵੀ ਅਸੀਂ ਬੈਠੇ ਆ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਕੋਈ ਇੰਗਲੈਂਡ ਬੈਠਾ ਕੋਈ ਯੂਰਪ 'ਚ ਬੈਠਾ ਕਿਤੇ ਵੀ ਬੈਠਾ ਉਹ ਇਕੱਠੇ ਹੋ ਕੇ ਆਪੋ ਆਪਣੇ ਰੋਜ਼ ਪ੍ਰਗਟ ਕਰਨ ਤੇ ਇਹਦੇ ਨਾਲ ਨਾਲ ਇਹ ਆ ਕਿ ਬਾਹਲੇ ਮੁਲਕਾਂ ਦਾ ਕਰਕੇ ਨਹੀਂ ਹੋਣਾ ਜੀ ਜਿੰਨਾ ਚਿਰ ਪੰਜਾਬ ਦੇ ਲੋਕ ਨਹੀਂ ਸਿੱਧੇ ਹੁੰਦੇ ਹੁਣ ਤੁਸੀਂ ਤੁਹਾਡੇ ਸਾਹਮਣੇ ਐਗਜ਼ੈਂਪਲ ਆਈ ਆ ਕਿ ਪਿੱਛੇ 13 ਮਹੀਨੇ ਜਾਂ ਸੌਰੀ ਵੱਧ ਹੋਣਗੇ ਕਿਸਾਨਾਂ ਨੇ ਉਹਨਾਂ ਦੇ ਨੱਕ 'ਚ ਦਮ ਕੀਤਾ ਕਿ ਨਹੀਂ ਕੀਤਾ ਮੋਦੀ ਤੇ ਗੋਡਾਨ ਆਖ ਕੇ ਤਹਣ ਤੇ ਉਹਨੂੰ ਮਨਾਇਆ ਉਹ ਮੰਨਿਆ ਨਹੀਂ ਉਹ ਮੰਨ ਗਿਆ ਉਸ ਵੇਲੇ ਲੇਕਿਨ ਉਹਨ ਪਰਫਲ ਨਹੀਂ ਕੀਤਾ ਜੀ ਉਹਨ ਉਹ ਸਭ ਕੁਝ ਕੀਤਾ ਨਹੀਂ ਤੇ ਇਸੇ ਕਰਕੇ ਹੁਣ ਕਿਸਾਨ ਮੁੜ ਕੇ ਫੇਰ ਉੱਥੇ ਆ ਨਾ ਹੁਣ ਇਹਦਾ ਮਤਲਬ ਇਹ ਆ ਕਿ ਤੁਹਾਡੀ ਜਿਹੜੀ ਪੀਪਲ ਪਾਵਰ ਉਹਨੂੰ ਸਾਨੂੰ ਸਮਝਣਾ ਚਾਹੀਦਾ ਔਰ ਜਿੰਨਾ ਚਿਰ ਇਹ ਪੀਪਲ ਪਾਵਰ ਜਿਹੜੀ ਆ ਨਾ ਇਹ ਸਾਹਮਣੇ ਨਹੀਂ ਆਉਂਦੀ ਹੁਣ ਤੁਸੀਂ ਦੇਖੋ ਬਾਹਰਲੇ ਮੁਲਕਾਂ ਦੇ ਵਿੱਚ ਜਸਟਿਸ ਫੋਰ ਸਿਕਸ ਉਹਨਾਂ ਨੇ ਰੈਫਰੈਂਡਮ ਕਰਵਾਇਆ ਇਹਨਾਂ ਨੂੰ ਉਸ ਗੱਲ ਦਾ ਇਹ ਪਤਾ ਲੱਗ ਗਿਆ ਕਿ ਜਿਹੜੇ ਇਹ ਕਹਿੰਦੇ ਸੀ ਜੀ ਕੁਝ ਬੰਦੇ ਆ ਕੁਝ ਜਿਹੜੇ ਆ ਮੁਠੀ ਭਰੋ ਆ ਇਹਨਾਂ ਨੇ ਰੌਲਾ ਪਾਇਆ ਲੇਕਿਨ ਉਹ ਵੋਟਾਂ ਪਾਉਣ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਇਹ ਖਾਲਿਸਤਾਨ ਕਹਿਣ ਜਾਂ ਨਾ ਪਰ ਇਹਨਾਂ ਦੇ ਦਿਲ 'ਚ ਹੈਗੀ ਆ ਉਸ ਇੱਕ ਵੋਟ ਨੇ ਗਿਨਾਹ ਤੇਣੀ ਸਾਰੀਆਂ ਮੁਲਕਾਂ ਨਾਂ ਦੱਸਿਆ ਸੋ ਇਹ ਜਿਹੜੀਆਂ ਚੀਜ਼ਾਂ ਸਾਨੂੰ ਜਿਹੜੇ ਚੰਗੇ ਕੰਮ ਆ ਜਿਹੜੀ ਚੰਗੀ ਸਿਧਾਂਤਕ ਲੀਆ ਉਹਦੇ ਤੇ ਸਾਨੂੰ ਚੱਲਣਾ ਚਾਹੀਦਾ ਜੇ ਹੁਣ ਇਹ ਹੀ ਆ ਕਿ ਅਸੀਂ ਜੀ ਬੰਦੂਕਾਂ ਚੱਕ ਲੈਣੀਆਂ ਅਸੀਂ ਮਿਲਟਰੀ ਨਾ ਮਿਲਟਰੀ ਲੜ ਸਕਦੀ ਆ ਅਸੀਂ ਤਾਂ ਨਹੀਂ ਲੜ ਸਕਦੇ ਸੋ ਇਸ ਕਰਕੇ ਸਾਨੂੰ ਇਹ ਸਾਰੀਆਂ ਚੀਜ਼ਾਂ ਸਮਝਣੀਆਂ ਚਾਹੀਦੀਆਂ ਸਮਝ ਕੇ ਉਹਨਾਂ ਤੇ ਪਜ਼ੋਰ ਤਰੀਕੇ ਦੇ ਨਾਲ ਆਪਣਾ ਹੱਕ ਮੰਗਣਾ ਕੋਈ ਕਿਸੇ ਵੀ ਯੂਨਾਈਟਿਡ ਨੇਸ਼ਨ ਦਾ ਚਾਰਟਰ 1 ਜਿਹੜਾ ਆ ਉਹ ਤੁਹਾਨੂੰ ਪਹਿਲਾ ਅਖਤਿਆਰ ਦਿੰਦਾ ਤੇ ਅਸੀਂ ਉਹ ਅਖਤਿਆਰ ਮੰਗਦੇ ਆ ਅਸੀਂ ਕੋਈ ਬਾਧੂ ਨਹੀਂ ਮੰਗ ਰਹੇ ਠੀਕ ਹੁਣ ਇਸੇ ਤਰ੍ਹਾਂ ਜਿਹੜਾ ਹੁਣ ਇਹਨਾਂ ਨੇ ਕਨਸਟੀਟਿਊਸ਼ਨ ਬਣਾਇਆ ਆ ਕਨਸਟੀਟਿਊਸ਼ਨ ਤਾਂ ਉਹ ਬ੍ਰਿਟਿਸ਼ ਬਣਾ ਕੇ ਆਏ ਸੀ ਉਹਨੂੰ ਲਈ ਫਰਦੇ ਆ ਚਲੋ ਉਹਦੇ ਵਿੱਚ ਥੋੜੀਆਂ-ਬਾਲੀਆਂ ਐਮੈਂਡਮੈਂਟਾਂ ਵੀ ਕੀਤੀਆਂ ਹੋਗੀਆਂ ਪਰ ਉਹਨੂੰ ਦੇਖਦਾ ਕੌਣ ਵਾ ਉਹਨੂੰ ਮੰਨਦਾ ਕੌਣ ਵਾ ਉਹੀ ਨਹੀਂ ਮੰਨਦਾ ਤੇ ਉਹ ਜੁੱਤੀ ਦੇ ਜੋਰ ਨਾਲ ਜੋ ਵੀ ਆ ਤੇ ਤੈਨੂੰ ਆ ਆ ਨਹੀਂ ਦੇਵਾਂਗੇ ਤੇ ਅਸੀਂ ਆ ਕਰ ਦੇਵਾਂਗੇ ਆ ਨਹੀਂ ਕਰਾਂਗੇ ਤੇ ਉਹ ਸਾਡੇ ਬੱਚੇ ਅਸੀਂ ਮੁਰਾਈ ਜਾਣੇ ਆ ਸਾਨੂੰ ਇਹ ਗੱਲ ਕਲੀਅਰਲੀ ਸਮਝ ਲੈਣੀ ਇੱਕ ਚੀਜ਼ ਮੈਂ ਥੋੜੀ ਇੱਥੇ ਕਹਿਣੀ ਚਾਹੁੰਦਾ ਆਮ ਵੀਰੀ ਪਲੀਸਡ ਕਿ ਸਾਡੇ ਇੱਥੇ ਬੱਚੇ ਜਿਹੜੇ ਜੰਮਿਓ ਹਨ ਜਿਹੜੇ ਇੱਥੇ ਪੜੇ ਹੋ ਆ ਉਨਾ ਨੂੰ ਸਿਸਟਮ ਦਾ ਜਿਆਦਾ ਹੀ ਪਤਾ ਸਾਡੇ ਨੂੰ ਹਮ ਇਨਾਮ ਹੈਪੀ ਕਿ ਸਾਡੇ ਕੋਲ ਜਿਹੜਾ ਬੈਟਰ ਸੀ ਨਾ ਉਹ ਅਸੀਂ ਗਾਹਾਂ ਉਹਨਾਂ ਨੂੰ ਹੈਂਡ ਓਵਰ ਕਰ ਦਿੱਤਾ ਐਂਡ that gives me ਪੀਸਫੁਲ ਮੇਰੇ ਮਨ ਨੂੰ ਤਸੱਲੀ ਆ ਕਿ ਇਹ ਹੁਣ ਜੋ ਕੁਝ ਹੋ ਰਿਹਾ ਨਾ ਇਨ ਇੱਥੇ ਖੜੇ ਨਹੀਂ ਹੋਣਾ ਅਸੀਂ ਜਿੰਨਾ ਚਿਰ ਆਪਣਾ ਘਰ ਆਪਣਾ ਰਾਜ ਆਪਣਾ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਟਿਕਾ ਨਹੀਂ ਹੋਣਾ ਬਿਲਕੁਲ ਸੰਗਤ ਨੂੰ ਅਸੀਂ ਇੱਕ ਤਸਵੀਰਾਂ ਦਿਖਾਣੀਆਂ ਚਾਹਾਂਗੇ ਅ ਸੰਘਰਸ਼ ਦੇ ਵਿੱਚ ਉੱਥੇ ਜੋ ਪਰਿਵਾਰ ਮੌਜੂਦ ਨੇ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਉੱਤੇ ਜਿੱਥੇ ਉਹਨਾਂ ਨੇ ਮੋਰਚਾ ਲਾਇਆ ਉੱਥੇ ਅਕਾਲ ਚੈਨਲ ਦੀ ਟੀਮ ਰੋਜ਼ਾਨਾ ਪਹੁੰਚਦੀ ਹੈ ਅੱਜ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਚਾਹਾਂਗੇ ਭਾਈ ਤੇਜਿੰਦਰ ਸਿੰਘ ਨੇ ਉੱਥੇ ਮੌਜੂਦ ਕਈ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਕਈਆਂ ਦੀ ਸਿਹਤ ਵੀ ਢਿੱਲੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਉਹ ਸਤਨਾ ਵਾਇਗਰੂ ਦਾ ਜਾਪ ਕਰ ਰਹੇ ਨੇ ਆਪਣੀ ਇਸ ਭੁਖੜਤਾ ਨੂੰ ਨਿਰੰਤਰ ਜਾਰੀ ਰੱਖਦੇ ਹੋયા ਸਰਕਾਰ ਦੇ ਅੱਗੇ ਰੋਸ ਜ਼ਾਹਰ ਕਰ ਰਹੇ ਨੇ ਇਹ ਵੀਡੀਓ ਵੇਖ ਅੰਮ੍ਰਿਤਸਰ ਦੇ ਜਿਹੜਾ ਵਿਰਾਸਤੀ ਮਾਰਗ ਤੇ ਮੋਰਚਾ ਲੱਗਾ ਵਾ ਉੱਥੇ ਐਸ ਟਾਈਮ ਦੇ ਉੱਤੇ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਐਸ ਟਾਈਮ ਵਿਖਾ ਰਹੇ ਆ ਪ੍ਰਧਾਨ ਮੰਤਰੀ ਬਾਜੇਕੇ ਦੇ ਮਾਤਾ ਨੂੰ ਕੁਝ ਪ੍ਰੋਬਲਮ ਜਾਈ ਆ ਤੇ ਐਸ ਟਾਈਮ ਤੇ ਉਹਨਾਂ ਦਾ ਬੀਪੀ ਵਗੈਰੇ ਚੈੱਕ ਕੀਤਾ ਵਾ ਗੱਲਬਾਤ ਕਰਦੇ ਆ ਭੈਣ ਦੇ ਨਾਲ ਕਿਉਂਕਿ ਵੀਰ ਰੌਂਕੇ ਦੇ ਭੈਣ ਜੀ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਿਤਾ ਜੀ ਆ ਬਾਜੇਕੇ ਦੇ ਉਹ ਵੀਰ ਪ੍ਰਧਾਨ ਮੰਤਰੀ ਜਿਹਨੂੰ ਕਿਹਾ ਜਾ ਭਗਵੰਤ ਸਿੰਘ ਬਾਜੇ ਕੇ ਜਿਨ੍ਹਾਂ ਨੂੰ ਕਿ ਪ੍ਰਧਾਨ ਮੰਤਰੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆ ਤੇ ਰੌਂਕੇ ਜੀ ਦੀ ਵੀ ਜੇ ਸੁਣਿਆ ਜਾਵੇ ਤੇ ਦੋ ਤਿੰਨ ਦਿਨ ਤੋਂ ਪਤਾ ਲੱਗ ਰਿਹਾ ਸੀ ਕਿ ਵੀਰ ਕੁਲਵੰਤ ਸਿੰਘ ਰਾਉਕੇ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਈ ਹੈ ਉੱਥੇ ਦੂਜੇ ਪਾਸੇ ਆਪਾਂ ਗੱਲ ਕਰੀਏ ਦੋਤਿੰਨ ਸਿੰਘ ਹੋਰ ਸੀ ਬਸੰਤ ਸਿੰਘ ਦੌਲਤਪੁਰ ਦੀ ਜੇ ਗੱਲ ਕਰ ਲਈਏ ਕੱਲ ਦੇ ਜੋ ਵਾਇਰਲ ਹੋਈ ਸੀ ਇੱਕ ਪੋਸਟ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਪੱਪਲ ਪ੍ਰੀਤ ਨੂੰ ਵੀ ਕੁਝ ਪ੍ਰੋਬਲਮਾਂ ਜਾਈਆਂ ਵਾਂ ਤੇ ਉਹਦੇ ਵਾਸਤੇ ਵੀ ਆਪਾਂ ਭੈਣ ਨਾਲ ਵੀ ਗੱਲਬਾਤ ਕਰਾਂਗੇ ਤੇ ਮਾਤਾ ਬਾਰੇ ਜਾਣਕਾਰੀ ਲੈਣੇ ਪਏ ਕਿ ਹੋਇਆ ਜੇ ਗੱਲਬਾਤ ਉਹਨਾਂ ਦਾ ਜੀ ਬਲੱਡ ਪ੍ਰੈਸ਼ਰ ਹਾਈ ਹੋਇਆ ਹੋਇਆ ਔਰ ਇੱਕ ਖਾਣਾ ਪੀਣਾ ਬੰਦ ਹੋਇਆ ਕਰਕੇ ਬਾਡੀ ਡੀ ਹਾਈਡਰੇਸ਼ਨ ਨਹੀਂ ਹੋ ਰਹੀ ਉਹਨਾਂ ਦੀ ਔਰ ਬਾਕੀ ਫਿਰ ਮਤਲਬ ਭੁੱਖੇ ਕਰਕੇ ਨਾ ਹੁਣ ਉਹਨਾਂ ਨੂੰ ਪਿਆਸ ਵੀ ਲੱਗਣੋਂ हट ਗਈ ਆ ਤਕਰੀਬਨ ਉਮਰ ਵੀ ਬਾਬਾ ਹੀ ਆ ਹਾਂਜੀ ਉਮਰ ਵੀ ਬਾਬਾ ਹੀ ਆ ਲਗਭਗ ਜ 17 ਦਿਨ ਹੋ ਗਏ ਇੱਥੇ ਬੈਠੇ ਹਾਂ ਹਾਂਜੀ 17 ਦਿਨ ਹੋ ਗਏ ਤੇ 17 ਦਿਨਾਂ ਤੋਂ ਹੀ ਹੜਤਾਲ ਤੇ ਨੇ ਯਾਨੀ ਮਤਲਬ ਪਾਣੀ ਵਗੈਰਾ ਪੀਂਦੇ ਆ ਉਹਦਾ ਮਤਲਬ ਖਾਣਾ ਪੀਣਾ ਬੰਦ ਖਾਣਾ ਬੰਦ ਆਂਦੇ ਨਹੀਂ ਕੁਝ ਖਾਂਦੇ ਨਹੀਂ ਕੁਝ ਵੀ ਦੇ ਨਾਲ ਵੀ ਕੁਝ ਪ੍ਰੋਬਲਮ ਆ ਰਹੀ ਆ ਹਾਂਜੀ ਬਿਲਕੁਲ ਪਹਿਲਾਂ ਭਾਈ ਅਮਰਿਤਪਾਲ ਸਿੰਘ ਮਾਤਾ ਜੀ ਨੂੰ ਪ੍ਰੋਬਲਮ ਆਈ ਸੀ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਤਾਂ ਬਹੁਤ ਮਤਲਬ ਜਿਆਦਾ ਪ੍ਰੋਬਲਮ ਆ ਗਈ ਸੀ ਉਹਨਾਂ ਨੂੰ ਫਿਰ ਅੰਦਰ ਉਹ ਤਾਂ ਪ੍ਰਸ਼ਾਸਨ ਵੀ ਆਇਆ ਸੀਗਾ ਕਿ ਉਹਨਾਂ ਨੂੰ ਹਸਪੀਟਲ ਲੈ ਕੇ ਜਾਈਏ ਪਰ ਉਹ ਕਹਿੰਦੇ ਵੀ ਅਸੀਂ ਕੋਈ ਵੀ ਇਦਾਂ ਦੀ ਮੈਡੀਕਲ ਹੈਲਪ ਨਹੀਂ ਲਵਾਂਗੇ ਸਾਡਾ ਜਿਹੜਾ ਮਤਲਬ ਹੱਲ ਕੱਢਣ ਵਾਲਾ ਤੁਸੀਂ ਉਹ ਕੱਢੋ ਨਾ ਮਤਲਬ ਅਸੀਂ ਤਾਂ ਠੀਕ ਆ ਉਹ ਤਾਂ ਚਲੋ ਸਾਡੇ ਕੋਲ ਹੈਗੀ ਆ ਭੈਣੋਂ ਕਰੀ ਜਾਂਦੇ ਜਿੰਨਾਂ ਟਰੀਟਮੈਂਟ ਸਾਨੂੰ ਜ਼ਰੂਰਤ ਆ ਔਰ ਅਸੀਂ ਉਹਨਾਂ ਚ ਲੈਣਾ ਵੀ ਨਹੀਂ ਕੋਈ ਹੈਲਪ ਮਤਲਬ ਕਾਨੂੰਨੀ ਜਿੰਨਾਂ ਚਿਰ ਸਾਡੀ ਹਸਪੀਟਲ ਜਿਉ ਗੱਲ ਕਰਦੇ ਆ ਹਸਪੀਟਲ ਤੇ ਨਹੀਂ ਲੈ ਕੇ ਜਾਓ ਨਹੀਂ ਜੀ ਅਸੀਂ ਨਹੀਂ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਜਿੰਨਾ ਸਾਥ ਸਰਦਾ ਬੰਦਾ ਸੀ ਇੱਥੇ ਕਰੀ ਜਾਂਦੇ ਨੇ ਟ੍ਰੀਟਮੈਂਟ ਜਿਹੜਾ ਕਰ ਸਕਦੇ ਟੀ.ਐਲ. ਦੇ ਵਿੱਚ ਹੁਣ ਗੱਲਬਾਤ ਹੋਈ ਹੈ ਵੀ ਰਾਉਂਕੇ ਦਾ ਪਤਾ ਲੱਗਾ ਸੀ ਕਿ 2-3 ਦਿਨ ਪਹਿਲਾਂ ਤੋਂ ਕੁਝ ਪ੍ਰੋਬਲਮ ਆਈ ਸੀ ਉਹ ਤੋਂ ਉਹਨਾਂ ਨੂੰ ਨਹੀਂ ਜੀ ਉਹਨਾਂ ਨਾਲ ਤਾਂ 4 ਦਿਨ ਹੋ ਗਏ ਕੋਈ ਗੱਲਬਾਤ ਨਹੀਂ ਹੋਈ ਮਤਲਬ 4 ਦਿਨ ਪਹਿਲਾਂ ਬਾਕੀ ਸਿੰਘਾਂ ਨਾਲ ਗੱਲ ਹੋਈ ਸੀ ਉਹਨਾਂ ਨਾਲ ਨਹੀਂ ਹੋਈ ਕਿਉਂਕਿ ਉਦੋਂ ਉਹਨਾਂ ਨੂੰ ਮੰਗਲਵਾਰ ਰਾਤ ਨੂੰ ਉਹਨਾਂ ਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਸੀਗਾ ਕੌਣ ਕੌਣ ਉੱਥੇ ਹਸਪੀਟਲ ਦੇ ਵਿੱਚ ਕੌਣ ਹਸ ਈਮੇਲਸ ਪਾਉਣੇ ਉਹਨਾਂ ਦਾ ਜਵਾਬ ਨਹੀਂ ਆ ਰਿਹਾ ਮਤਲਬ ਮੈਂ ਆਰਟੀਕਲ ਪੜ੍ਹਿਆ ਪਹਿਲਾਂ ਮੈਨੂੰ ਪਤਾ ਸੀਗਾ ਵੀ ਗੁਰਮੀਤ ਸਿੰਘ ਬੁੱਕਣ ਵਾਲਾ ਤੇ ਕੁਲਵੰਤ ਹਸਪੀਟਲ ਸੀਗੇ ਗੁਰਮੀਤ ਸਿੰਘ ਨੂੰ ਜਿਹੜਾ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ ਮਤਲਬ ਵੀਕਨੈਸ ਹੋਈ ਹੋਈ ਸੀਗੇ ਉਹਨਾਂ ਦੋਨਾਂ ਨੂੰ ਸ਼ਿਫਟ ਕੀਤਾ ਸੀ ਔਰ ਰਾਤ ਮੈਂ ਇੱਕ ਆਰਟੀਕਲ ਪੜ੍ਹਿਆ ਹੈ ਕਿ ਪਰਸੋਂ ਸ਼ਾਇਦ ਬਸੰਤ ਸਿੰਘ ਨੂੰ ਵੀ ਸ਼ਿਫਟ ਕੀਤਾ ਹਸਪੀਟਲ ਮਤਲਬ ਨਿਊਜ਼ 18 ਦਾ ਮੈਂ ਆਰਟੀਕਲ ਪੜ੍ਹਿਆ ਬਾਕੀ ਸਾਡੇ ਕੋਲ ਕੋਈ ਵੈਰੀਫਾਈਡ ਹੋਰ ਤਾਂ ਮੈਨੂੰ ਪਤਾ ਨਹੀਂ ਕੀ ਕੁਝ ਕਾਲਸ ਹੁੰਦੀਆਂ ਸੀ ਤੁਹਾਡਾ ਫੋਨ ਤੇ ਵੀ ਗੱਲ ਹੋਈਆਂ ਸੀ ਪਹਿਲਾਂ ਕੀ ਗੱਲ ਫੋਨ ਤੇ ਗੱਲ ਨਹੀਂ ਹੋ ਰਹੀ ਨਹੀਂ ਜੀ ਹੁਣ ਜਿਹੜੀ ਸਾਡੀ ਫੋਨ ਤੇ ਗੱਲ ਕਰਵਾਉਂਦੇ ਹੁੰਦੇ ਸੀ ਹਫਤੇ ਵਿੱਚ ਉਹਨਾਂ ਨੂੰ 2 ਘੰਟੇ ਮਿਲੇ ਹੋਏ ਸੀਗੇ ਮਤਲਬ ਤੁਸੀਂ ਆਪਣੇ ਹਿਸਾਬ ਨਾਲ ਚਾਹੇ ਅੱਧਾ ਘੰਟਾ ਕਰ ਲਓ ਘੰਟਾ ਕਰ ਲਓ ਇੱਕੋ ਦਿਨ ਚ ਸੱਤਾਂ ਦਿਨਾਂ ਚ ਉਹ ਸਾਨੂੰ ਕਹਿੰਦੇ ਹੁਣ ਨਹੀਂ ਹੋਊਗੀ ਅਖੇ ਇਧਰ ਮਤਲਬ ਇਲੈਕਸ਼ਨ ਸ਼ੁਰੂ ਹੋਣ ਵਾਲੇ ਆ ਤਾਂ ਕਰਕੇ ਅਸੀਂ ਫੋਨ ਤੇ ਜਿਹੜੀ ਗੱਲਬਾਤ ਆ ਪੀਸਫੁੱਲ ਇਲੈਕਸ਼ਨਸ ਦੇ ਲਈ ਅਸੀਂ ਬੰਦ ਕਰਵਾ ਰਹੇ ਹਾਂ ਤੇ اے پیسਫੁਲ ਇਲੈਕਸ਼ਨ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੋੜਾ ਦੀ ਗੱਲਾਂ ਅਸੀਂ ਇੱਥੇ ਵੀ ਕੀਤੀਆਂ ਨੇ ਕਿ ਭਈ ਐਸਜੀਪੀਸੀ ਦੇ ਕਈ ਨੁਮਾਇੰਦੇ ਆ ਕੇ ਉੱਥੇ ਆਪਣੇ ਵੱਲੋਂ ਆਪਣੇ ਆਪਣੇ ਵੱਲੋਂ ਆਪਣਾ ਪ੍ਰਚਾਰ ਕਰਕੇ ਜਾਣਗੇ ਆਪਣੀ ਪਾਰਟੀ ਦਾ ਪ੍ਰਚਾਰ ਕਰਕੇ ਜਾਣਗੇ ਮੁਜ਼ਾਰਾ ਹੋਣਾ ਦਾ پیسਫੁਲ ਚੱਲਦਾ ਰਹੇ ਇਸ ਦੀ ਵੀ ਉਹਨਾਂ ਨੇ ਗੱਲ ਕਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋਨਾਂ ਦੀਆਂ ਮੰਗ ਜੋਨਾਂ ਦੀਆਂ ਮੰਗਾਂ ਨੇ ਉਸ ਦੇ ਵੱਲ ਸਰਕਾਰ ਪ੍ਰਸ਼ਾਸਨ ਧਿਆਨ ਦੇਵੇ ਇਸ ਦੇ ਵੱਲ ਅਕਾਲ ਚੈਨਲ ਦੇ ਵੱਲੋਂ ਵੀ ਵਕ ਵਕ ਉੱਥੇ ਪਹੁੰਚ ਤੇ ਆਗੂਆਂ ਦੇ ਨਾਲ ਪੰਥਕ ਜਿੱਥੇ ਬੰਦੀਆਂ ਦੇ ਜੋ ਮੁਖੇ ਉੱਥੇ ਪਹੁੰਚਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਅ ਅਟਵਾ ਹਾਂ ਜੀ ਪਲੀਜ਼ ਸੌਰੀ ਨਾ ਇਲੈਕਸ਼ਨ ਤੋਂ ਆਇਆ ਕਿ ਵੀ ਸ਼ਾਇਦ ਤੁਹਾਨੂੰ ਪਤਾ ਲੱਗਾ ਕਿ ਨਹੀਂ ਮੈਂ ਦੇਖਿਆ ਸੀ ਹੁਣ ਤੋਂ ਪਹਿਲਾਂ ਇੱਥੇ ਬੈਠੇ ਨੇ ਸੋਸ਼ਲ ਮੀਡੀਆ ਤੇ ਜਿਹੜਾ ਇੰਡੀਆ ਦਾ ਇਲੈਕਸ਼ਨ ਕਮਿਸ਼ਨਰ ਹੋ ਰਿਹਾ ਕਰ ਗਿਆ ਉਹਨੇ ਇਸ ਤਰ੍ਹਾਂ ਦਿੱਤਾ ਜੀ ਕਿਉਂ ਕਰ ਗਿਆ ਕੰਮ ਕਿਤੇ ਨਾ ਕਿਤੇ ਜਿਮੀਰਾਂ ਜਿਹੜੀਆਂ ਜਾਗਦੀਆਂ ਹੈਗੀਆਂ ਉਹ ਕਿਸੇ ਵੀ ਧਰਮ ਨੂੰ ਮੰਨਦੇ ਹੋ ਮжоਰਿਟੀ ਜੇ ਆਪਾਂ ਮੁੜ ਕੇ ਫਿਰ ਆਪਣੇ ਆਪਣੇ ਹੀ ਆਉਣੇ ਪੰਜਾਬੀਆਂ ਤੇ ਪੰਜਾਬੀਆਂ ਚੋਂ ਸਿੱਖਾਂ ਤੇ ਆਉਣੇ ਆ ਚਾਹੇ ਉਹ ਦੇਸ਼ ਦੇ ਵਿੱਚ ਆ ਤੇ ਚਾਹੇ ਵਿਦੇਸ਼ਾਂ ਚ ਬੈਠੇ ਆ ਉਹ ਆਪਣੀਆਂ ਜਮੀਰਾਂ ਨੂੰ ਤਾਂ ਜਾਗਦੇ ਰੱਖੋ ਤੁਸੀਂ ਆਪਣੀਆਂ ਜੇ ਜਮੀਰਾਂ ਨਹੀਂ ਤੁਹਾਡੀਆਂ ਜਾਗਦੀਆਂ ਡਰੀ ਜਾਣਾ ਇਹ ਤਾਂ ਫਿਰ ਪੱਕੀ ਜੀ ਗੱਲ ਹੈਗੀ ਆ ਕਿ ਵੀ ਅਸੀਂ ਕਲਾਮੀ ਮੰਮੀ ਆ ਤਾਂ ਫੇਰ ਰੋਲੀ ਕਾ ਨੂੰ ਪਾਉਨੇ ਆ ਫੇਰ ਅਰਦਾਸਾਂ 'ਚ ਕਿਉਂ ਖੜੇ ਹੁੰਨੇ ਆ ਤਾਂ ਫੇਰ ਥੱਟ ਥੱਟ ਕੇ ਬਹਿ ਜਾਓ ਤੇ ਫੇਰ ਆਪਾਂ ਕਦੇ ਗੱਲਾਂ ਤਾਂ ਕਰਦੇ ਆ ਨਾ ਘਰਾਂ ਦੇ ਵਿੱਚ ਆਮ ਫੋਟੋਆਂ ਵੀ ਲੱਗੀਆਂ ਗੁਰੂ ਸਾਹਿਬਾਂ ਦੀਆਂ ਜਿਨ੍ਹਾਂ ਨੇ ਆਪਣੇ ਜਿਹੜੇ ਸਰਬੰਸ ਬਾਰ ਦਿੱਤੇ ਸੀਗੇ ਫੇ ਕਾਦੇ ਲਈ ਹਾਲਾ ਕਿ ਉਹ ਫੋਟੋਆਂ ਜਿਹੜੀਆਂ ਕਲਾਤਮਕ ਹੈਗੀਆਂ ਪਰ ਜਿਹੜੀ ਚੀਜ਼ ਦੇ ਵਿੱਚ ਆਪਾਂ ਕਰਦੇ ਆ ਅਰਦਾਸਾਂ 'ਚ ਕਰਦੇ ਆ ਆਪਾਂ ਅਖੰਡ ਪਾਠ ਵੀ ਕਰਾਉਨੇ ਆ ਸਭ ਕੁਝ ਕਰਦੇ ਆ ਮੱਥਾ ਟੇਕਣ ਵੀ ਜਾਂਦੇ ਜੀ ਦੀ ਕਿ ਸਿੱਖਿਆ ਤੁਹਾਨੂੰ ਉਹੀ ਮਿਲਦੀ ਗੁਰੂ ਸਾਹਿਬਾਂ ਦੀ ਕੀ ਅਸੀਂ ਉਹਨੂੰ ਲੈ ਕੇ ਚਰਨੇ ਸੋਤਾ ਸਾਬ ਮੇਰਾ ਸਵਾਲ ਇਹ ਸੀਗਾ ਕਿ ਐਨਐਸਏ ਕਈ ਪਹਿਲਾਂ ਸਿੰਗਾ ਤੇ ਵੀ ਲੱਗਦੀ ਰਹੀ ਆ ਉਹਦਾ ਉਸ ਉਹਨਾਂ ਕੇਸਾਂ ਦੇ ਵਿੱਚ ਕੀ ਕੁਝ ਹੋਇਆ ਜੋ ਤੁਹਾਡੇ ਕੋਲ ਜਾਣਕਾਰੀ ਹੋ ਤੇ ਤੁਸੀਂ ਕੁਝ ਐਡ ਕਰਨਾ ਚਾਹੋ ਜੀ ਦੇਖੋ ਜਿਹੜੀ ਜਿਹੜੀ ਐਨਐਸਏ ਇਹਨਾਂ ਨੇ ਲਾਗਣਾ ਚਾ ਕੇਂਦਰ ਦੇ ਤੇ ਹੁਣ ਮਾਨ ਸਾਹਿਬ ਹੁਣਾਂ ਤੇ ਵੀ ਤੇ ਕਿਹੜੇ ਲਾਉਂਦੇ ਸੀ ਇਦਾਂ ਦੇ ਕੇਸ ਲਾਉਂਦੇ ਸੀ ਔਰ ਗੱਲ 모ੜ ਕੇ ਕਿੱਥੇ ਹੁੰਦੀ ਆ ਪਏ ਉਹ ਤੁਹਾਨੂੰ ਟੈਸਟ ਕਰਦੇ ਆ ਕਿੱਥੇ ਕਿਤੇ ਅਸੀਂ ਇਹਨਾਂ ਨੂੰ ਦਬਾ ਸਕਦੇ ਹਾਂ ਇਹਨਾਂ ਦੀ ਜ਼ਮੀਰ ਕਿੰਨੀ ਕੁ ਮਾਰ ਸਕਦੇ ਹਾਂ ਇੱਕ ਗੱਲ ਹੈਗੀ ਆ ਕਿ ਅਸੀਂ ਬਾਹਰ ਬੈਠੇ ਇੱਕ ਦੋ ਕੰਮ ਕਰ ਸਕਦੇ ਹਾਂ ਜਿੱਦਾਂ ਅਟਵਾਲ ਸਾਹਿਬ ਨੇ ਕਿਹਾ ਇੱਕ ਤਾਂ ਮਤੇ ਪਾਸ ਕਰ ਕਰਕੇ ਵੀ ਭੇਜ ਸਕਦੇ ਹਾਂ ਦੂਜੀ ਗੱਲ ਇਹ ਆ ਵੀ ਜਿਸ ਵਲੇ ਉਥੋਂ ਸਰਕਾਰ ਦੇ ਟਾਊਟ ਆਉਂਦੇ ਆ ਤੁਮੇ ਵਰਗੇ ਹਮ ਹਮ ਨੇਮਿੰਗ ਧਮ ਰਾਈਟ ਜੱਥੇਦਾਰ ਵੀ ਤਾਂ ਆਉਂਦਾ ਜੱਥੇਦਾਰ ਦੇ ਆਏ ਦੇ ਅਕਾਲ ਤੰਦਰ ਵੀ ਇੱਥੇ ਸਰੋਪੇ ਪਾਉਨੇ ਆ ਜਿਹੜੇ ਜਿਹੜੇ ਉਹਨਾਂ ਦੇ ਅਸੀਂ ਇੱਥੇ ਸਰੋਪੇ ਪਾਉਨੇ ਆ ਉਹ ਕਦ ਲਈ ਪਾਉਨੇ ਆ ਕਿ ਜਦ ਅਸੀਂ ਉੱਥੇ ਜਾਈਏ ਸਾਨੂੰ ਔਖ ਨਾ ਆਵੇ ਹਮ ਆਮ ਸੌਰੀ ਅੱਛਾ ਇਫੈਕਟ ਹੋ ਹਮ ਰਾਈਟ ਕਿ ਸਾਡਾ ਉੱਥੇ ਕੰਮ ਹੋ ਜਵੇ ਤੁਹਾਡਾ ਕੰਮ ਹੋ ਜਾਊਗਾ ਤੁਹਾਡੀਆਂ ਤਾਂ ਜ਼ਮੀਨਾਂ ਖੋਈ ਜਾਂਦੇ ਆ ਤੁਹਾਡੀ ਤਾਂ ਜ਼ਮੀਰ ਖੋਈ ਜਾਂਦੇ ਆ ਤੁਹਾਡੀ ਜ਼ਮੀਰ ਨਹੀਂ ਜਾਗਦੀ ਤਿੱਥੋਂ ਅਸੀਂ ਕਰਨਾ ਕੀ ਆ ਹੁਣ ਜੇ ਅਸੀਂ ਆਪਣੇ ਨਾਲ ਸਰੀਰ ਦੇ ਨਾਲ ਕੋਈ ਚੀਜ਼ ਨਹੀਂ ਲਿਜਾ ਸਕਦੇ ਜੀ ਦੁਨਿਆਵੀ ਕੋਈ ਚੀਜ਼ ਸਾਡੀ ਨਹੀਂ ਜਾਂਦੀ ਪਰ ਇੱਕ ਚੀਜ਼ ਜ਼ਰੂਰ ਜਾਂਦੀ ਆ ਉਹ ਤੁਹਾਡੀ ਚੰਗੇ ਕੰਮ ਕੀਤੇ ਤੇ ਮਾੜੇ ਕੰਮ ਕੀਤੇ ਜੀ ਉਹਨਾਂ ਦਾ ਲੇਖਾ ਜੋਖਾ ਜ਼ਰੂਰ ਹੋਣਾ ਹਮ ਇਸੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਉਹਨਾਂ ਨੇ ਕੁਰਬਾਨੀ ਨਹੀਂ ਦਿੱਤੀ ਉਹਨਾਂ ਦੇ ਪਰਿਵਾਰ ਦੇ ਕਿੰਨੇ ਜੀ ਸ਼ਹੀਦ ਹੋਏ ਆ ਗੱਲ ਇਹ ਆ ਕਿ ਜਦ ਅਣਖ ਨਾ ਜੀਣਾ ਜੀ ਤਾਂ ਫਿਰ ਤੁਹਾਨੂੰ ਇਹ ਜਿਹੜੀਆਂ ਆ ਤਕਲੀਫਾਂ ਉਹ ਵੀ ਸਹਿਣੀਆਂ ਪੈਣੀਆਂ ਪਰ ਇਸ ਵੇਲੇ ਜਿਹੜਾ ਆ ਸਾਰੀ ਦੁਨੀਆ ਤੇ ਚੱਕਰ ਚੱਲ ਰਿਹਾ ਉਹ ਇਹ ਹੈ ਕਿ ਜਿਹੜੀ ਪੀਪਲ ਪਾਵਰ ਜਿਹੜੀ ਆ ਉਹਨੂੰ ਸਮਝ ਕੇ ਤੁਸੀਂ ਉਸ ਤਰੀਕੇ ਦੇ ਨਾਲ ਆਪਣਾ ਵਿਹਾਰ ਕਰੋ ਜਿੰਨਾ ਚਿਰ ਜੇ ਅਸੀਂ 500 ਬੰਦਾ ਪ੍ਰੋਟੈਸਟ ਕਰਦੇ ਆ ਉਹਨਾ ਉਨਾ ਅਸਰ ਅਸਰ ਹੋਣਾ ਪਰ ਉਹਨਾ ਨਹੀਂ ਹੋਣਾ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਦੇਖ ਲਓ ਭਈ ਪੈਲੇਸਟਾਈਨ ਦਾ ਤੇ ਸਾਰਾ ਜਿੰਨੇ ਲੋਕੀ ਲੰਡਨ ਦੇ ਵਿੱਚ ਜਾ ਕੇ ਮਜਾਰਾ ਕਰਦੇ ਆ ਕਦੇ ਤੁਸੀਂ ਵੀ ਇਸ ਤਰੀਕੇ ਨਾਲ ਕੀਤਾ ਅਸੀਂ 84 ਦਾ ਉਦੋਂ ਤੋਂ ਕਰਦੇ ਆ ਰਹੇ ਆ ਕੀ ਰਾਈਟ ਉਹ ਜਿਹੜਾ ਹਿੰਦੁਸਤਾਨ ਦੀ ਇੰਡੀਆ ਦੀ ਐਂਬਸੀ ਦੇ ਮੋਰ ਦੀ ਨੰਗਦਾਸੀ ਉਹ ਹਾਈਡ ਪਾਰਕ ਚ ਜਾ ਕੇ ਕਰਨ ਲੱਪੇ ਹੂੰ ਉਹ ਕਹਿੰਦੇ ਕੋਈ ਨਹੀਂ ਫਰਕ ਪੈਂਦਾ ਚ ਪਰ ਉਹਦھر ਨੂੰ ਕਰ ਲਓ ਹੂੰ ਨਹੀਂ ਸਾਨੂੰ ਜਿੰਨਾ ਚਿਰ ਅਸੀਂ ਹੁਣ ਇੱਥੇ ਲੰਡਨ ਦੇ ਵਿੱਚ ਜਾ ਕੇ ਇੰਡੀਅਨ ਹਾਈ ਕਮਿਸ਼ਨਰ ਦੇ ਤੁਸੀਂ ਜਾ ਕੇ ਪ੍ਰੋਟੈਸਟ ਕਰਦੇ ਹੋ ਨਾ ਉਹਦੀ ਖਬਰ ਪਣਦੀ ਸਾਰੀ ਦੁਨੀਆ 'ਚ ਜਾਂਦੀ ਆ ਤੇ ਉਹ ਐਦਾਂ ਮੂੰਹ ਕਰਕੇ ਤੇ ਉਹ ਕਹਿ ਦਿੰਦੇ ਕੋਈ ਨਹੀਂ ਇਹ ਤਾਂ ਇਦਾਂ ਦੇ ਤੁਮਾਰੇ ਮੋਟੀ ਕਰੀ ਜਾਂਦੇ ਆ ਕੁਛ ਨਹੀਂ ਹੋਣਾ ਪਰ ਹੁਣ ਇਹਨਾਂ ਸਰਕਾਰਾਂ ਨੂੰ ਵੀ ਇਹ ਗੱਲ ਕਲੀਅਰ ਹੋ ਗਈ ਆ ਐਕਚੁਅਲੀ ਸਾਡੇ ਨਾਲੋਂ ਇਹਨਾਂ ਨੂੰ ਜਾਦੇ ਸਿੱਖ ਧਰਮ ਬਾਰੇ ਵੀ ਪਤਾ ਤੇ ਜੋ ਕੁਛ ਹੋ ਰਿਹਾ ਇਸ ਵੇਲੇ મોદી ਜਾਂ ਹੋਰ ਜੜੀਆਂ ਸਰਕਾਰਾਂ ਸੀ ਚਾਹੇ ਇੰਦਰਾ ਗਾਂਧੀ ਸੀ ਚਾਹੇ ਜਵਹਰ ਲਾਲ ਨਹਿਰੂ ਸੀ ਚਾਹੇ ਗਾਂਧੀ ਸੀ ਕੋਈ ਵੀ ਸੀਗਾ ਇਹਨਾਂ ਸਾਰਿਆਂ ਨੇ ਸਿੱਖਾਂ ਦੇ ਨਾਲ ਬੇਤਕਰਾਇ ਕੀਤਾ ਜੀ ਇਹਨਾਂ ਦਾ ਹੱਕ ਬਾਕੀ ਸਾਰੇ ਸੂਬੇ ਬਣ ਗਏ ਆ ਉਹਨਾਂ ਨੂੰ ਰਾਜਧਾਨੀ ਵਿਸਾਰਿਆਂ ਨੂੰ ਮਿਲ ਗਈ ਜੀ ਇੱਕ ਪੰਜਾਬ ਆ ਇਹਨੂੰ ਨਾ ਰਾਜਧਾਨੀ ਆ ਬਿਲਕੁਲ ਤੇ ਨਾ ਉਹਦੇ ਇਲਾਕੇ ਜਿਹੜੇ ਸੀਗੇ ਉਹ ਨਾ ਇਲਾਕੇ ਦੀ ਦੂਸਰੀ ਗੱਲ ਇਹ ਆ ਭਈ ਪਾਖੜਾ ਡੈਮ ਬਣਾਇਆ ਸੀ ਉਹ ਕਿਨਾਂ ਲਈ ਬਣਾਇਆ ਸੀ ਪੰਜਾਬ ਲਈ ਬਣਾਇਆ ਸੀ ਤੇ ਉਹ ਸਾਰੀ ਬਿਜਲੀ ਲੈ ਕੇ ਬਹਿ ਗਿਆ ਸਿੰਖ ਨੇ ਉਹਨਾਂ ਨੇ ਇੱਕ ਤਰੀਕੇ ਦਾ ਸਾਰੀਆਂ ਚੀਜ਼ਾਂ ਇਸ ਕਰਕੇ ਵੀ ਕੀਤੀਆਂ ਕਿ ਇਹਨਾਂ ਨੂੰ ਜਿਤਾਇਆ ਜਾ ਸਕੇ ਕਿ ਨਾ ਅਸੀਂ ਤੁਹਾਨੂੰ ਰਾਜਧਾਨੀ ਦੇਣੀ ਨਾ ਤੁਹਾਡੇ ਇਲਾਕੇ ਦੇਣੇ ਨਾ ਤੁਹਾਡਾ ਪਾਣੀ ਤੁਹਾਨੂੰ ਦੇਣਾ ਨਹੀਂ ਇਹਨਾਂ ਨੇ ਇਹਨਾਂ ਨੇ 1950 ਦੇ ਵਿੱਚ ਜਿਸ ਵੇਲੇ ਕਪੂਰ ਸਿੰਘ ਨੇ ਉਹਨੂੰ ਇੱਕ ਕਲੀਅਰ ਕਰ ਦਿੱਤਾ ਸੀ ਕਿ ਤੁਸੀਂ ਜਿਰਾਇਮ ਪੇਸ਼ਾ ਕੌਮ ਹੂੰ ਜੇ ਅਸੀਂ ਉਦੋਂ ਵੀ ਨਹੀਂ ਸਮਝੇ ਚਲੋ ਇਹਨਾਂ ਦਾ ਮੀਡੀਆ ਤਕੜਾ ਸੀ ਜਾਂ ਹੋਰ ਹੋਆ ਲੇਕਿਨ ਅੱਜ ਤਾਂ ਮੀਡੀਆ ਜਿਹੜਾ ਆ ਆ ਜਿਹੜਾ ਸਾਡੇ ਇਸ ਵੇਲੇ ਮੀਡੀਆ ਜਿਹੜਾ ਸਾਡੇ ਟੈਲੀਫੋਨਾਂ ਤੇ ਵਟਸਐਪ ਤੇ ਆ ਇਹ ਜਿਹੜੀ ਚੀਜ਼ ਆ ਇਹ ਨੇ ਸਾਨੂੰ ਜਾਗਰਤ ਲਿਆਂਦੀ ਆ ਇਹ ਜਾਗਰਤੀ ਜਿਹੜੀ ਲੈ ਕੇ ਆਂਦੀ ਹੈ ਇਹ ਜਾਗਰਤੀ ਤੁਹਾਨੂੰ ਵੀ ਪਤਾ ਸਾਰਿਆਂ ਦੇ ਕੋਲ ਨਹੀਂ ਹੈ ਕਿੰਨਾ ਕਵਰਗ ਹੋਏਗਾ ਸੋ ਸਿੱਖਾਂ ਦੇ ਵਿੱਚੋਂ ਕਿੰਨੇ ਕ ਸਾਡੇ ਸਿੱਖ ਹੋਣਗੇ ਜੋ ਪੰਥਕ ਵਿਸ਼ੇ ਦੇ ਉੱਤੇ ਜਾਗਰਤੀ ਸੋਸ਼ਲ ਮੀਡੀਆ ਦੇ ਰਾਹੀਂ ਲੈ ਕੇ ਆ ਰਹੇ ਨੇ ਲੈ ਕੇ ਆਉਣ ਦੀ ਗਿਣਤੀ ਹੋ ਸਕਦਾ ਚਲੋ 40% ਵਾਲਿਆਂ ਦੀ ਹੋਵੇ ਲੇਕਿਨ ਕਿੰਨੇ ਉਹਨੂੰ ਸੁਣ ਰਹੇ ਨੇ ਕਿੰਨੇ ਉਹਨੂੰ ਦੇਖ ਰਹੇ ਨੇ ਅਮਰਪ੍ਰੀਤ ਸਿੰਘ ਜਿਹੜੀ ਹੈ ਨਾ ਗੱਲ ਹੁੰਦੀ ਆ ਆਜ਼ਾਦੀ ਦੀ ਉਹ ਦੋ 3% ਹੀ ਹੁੰਦੀ ਆ ਹੂੰ ਉਹ ਵਾਲੇ ਨਹੀਂ ਹੁੰਦੇ ਠੀਕ ਹੁਣ ਜੇ ਤੁਸੀਂ ਹਿਸਟਰੀ ਨੂੰ ਪੜ੍ਹ ਕੇ ਦੇਖੋ ਉਹ ਬਹੁਤ ਘੱਟ ਸੀ ਜੀ ਮੈਂ ਮੈਂ ਹੁਣ ਪ੍ਰੋਗਰਾਮ ਦੇ ਫਰਸਟ ਹਾਫ ਦੇ ਵਿੱਚ ਜੋ ਗੱਲ ਅ ਟਵਾਲ ਸਾਹਿਬ ਨੇ ਆਪਣਾ ਇੱਕ ਰੱਖਿਆ ਸੀ ਪ੍ਰਪੋਜ਼ਲ ਉਸ ਨੂੰ ਥੋੜਾ ਜਿਹਾ ਐਕਸਪੈਂਡ ਕਰਕੇ ਅਸੀਂ ਸੰਗਤਨ ਦੱਸ ਸਕੀਏ ਸਟੇਜ ਵਾਈਜ਼ ਜਿਸ ਪ੍ਰਪੋਜ਼ਲ ਦਾ ਤੁਸੀਂ ਇੱਥੇ ਜ਼ਿਕਰ ਕੀਤਾ ਇਸ ਸਟੇਜਿਸ ਵਿੱਚ ਤੁਸੀਂ ਵੀ ਕੁਝ ਚਾਹੋ ਤਾਂ ਐਡ ਕਰ ਸਕਦੇ ਹੋ ਜਿਸ ਮਤੇ ਦੀ ਗੱਲ ਕਰ ਰਹੇ ਹਾਂ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਜਾਂ ਇੰਟਰਨੈਸ਼ਨਲੀ ਸਿੱਖਾਂ ਤੋਂ ਵੱਲੋਂ ਇੱਕ ਮਤਾ ਤਿਆਰ ਕਰਕੇ ਭੇਜਿਆ ਜਾਏ ਡੀਜੀਪੀ ਨੂੰ ਪੰਜਾਬ ਦੇ ਸੀਐਮ ਨੂੰ ਹੋਮ ਮਿਨਿਸਟਰ ਆਫ ਇੰਡੀਆ ਐਮਪੀਐਮ ਆਫ ਇੰਡੀਆ ਉਹ ਮਤੇ ਦਾ ਢਾਂਚਾ ਸੰਪੂਰਨ ਤਰੀਕੇ ਦੇ ਨਾਲ ਕਿਹੋ ਜਿਹਾ ਹੋਣਾ ਚਾਹੀਦਾ ਕੀ ਉਸ ਦੇ ਵਿੱਚ ਪੰਥਕ ਵਿਸ਼ੇ ਰਹਿਣ ਕੀ ਉਸ ਦੇ ਵਿੱਚ ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇ ਜਾਂ ਕੀ ਉਸ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੋ ਵਿਧੀਕੀਆਂ ਹੋ ਰਹੀਆਂ ਉਹ ਵੀ ਰੱਖਣਾ ਚਾਹੀਦਾ ਫਿਰ ਗੱਲ ਹੋਈ ਆ ਜਾਣੀ ਕਿ ਸਾਡਾ ਇੰਟਰਨੈਸ਼ਨਲ ਮਸਲਾ ਇਹ ਗੱਲ ਨਾ ਕਰੋ ਇਹ ਤੁਹਾਡਾ ਬਾਹਰਲਾ ਮਸਲਾ ਉੱਥੇ ਗੱਲ ਕਰੋ ਇਹ ਸਟੇਟ ਦਾ ਮਸਲਾ ਹੈ ਇੱਥੇ ਥੋੜਾ ਜਿਹਾ ਸਟੇਜ ਵਾਈਜ਼ ਸਮਝਾਓ ਕਿ ਕਿਵੇਂ ਕੀ ਹੋ ਸਕਦਾ ਦੇਖੋ ਜਦੋਂ ਕਿਸੇ ਵੀ ਸਰਕਾਰਾਂ ਚਾਹੇ ਲੋਕਲ ਗਵਰਨਮੈਂਟਾਂ ਤੇ ਚਾਹੇ ਸੈਂਟਰਲ ਦਾ ਦੁਨੀਆਂ ਚ ਇੱਥੇ ਦੀ ਵੀ ਕਰ ਲਓ ਇਦਾਂ ਹੀ ਪਹਿਲਾ ਜਿਹੜਾ ਸਾਡਾ ਮਸਲਾ ਜਿੱਦਾਂ ਪਹਿਲਾਂ ਥੋੜੀ ਜੀ ਗੱਲ ਮੈਂ ਹੈਡ ਕਰਦਾ ਜਵਾਂ ਵੀ 47 ਟੋਲਾ ਕੇ ਜੇ ਪਹਿਲਾਂ ਕਰਦੇ ਨਾ ਸਾਨੂੰ ਉਹ ਕਹਿੰਦੇ ਅਸੀਂ ਗੱਲ ਕੀਤੀ ਸਾਡੇ ਨਾਲ ਧੱਕਾ ਹੋਇਆ ਸਾਡੇ ਨਾਲ ਧੱਕਾ ਹੋਇਆ ਅਸੀਂ ਇੰਨਿਆਂ ਨੂੰ फांसी ਹੋਈ ଥିਈ ਇੰਨਿਆਂ ਨੂੰ फांसी ਦਿੱਤੀ ଥିਈ ਆ ਕੀਤਾ ਉਹ ਕਹਿੰਦੇ ਰੋਈ ਜਾਬੋ ਕੀਤਾ ਅਸੀਂ ਕਹਿੰਦੇ ਨਹੀਂ ਕੀਤਾ ਖਾਓ ਖਾਸਮਾ ਨੂੰ ਰੋਈ ਜਾਬੋ ਕਿ ਤੁਹਾਡੇ ਕੋ ਤਾਂ ਸਮਝ ਹੀ ਨਹੀਂ ਸੀ ਕਿ ਤੂੰ ਆਪਦੇ ਲਈ ਤਾਂ ਕੁਝ ਲਿਆ ਹੀ ਨਹੀਂ ਦਿੱਤਾ ਹੀ ਆ ਨਾ ਹੁਣ ਆਪਾਂ ਇਹ ਜਿਹੜੇ ਚੀਜ਼ ਮਥੇ ਤੇ ਲੋਕਲ ਚ ਆ ਜੀਏ ਸਾਡਾ ਜਿਹੜਾ ਜਿਹੜੇ ਬਾਹਰਲੇ ਮਥੇ ਆ ਨਾ ਉਹ ਬਾਹਰਲੇ થી ਰੱਖੀਏ ਬਖਰੇ ਜਿਹੜੇ ਬਾਹਰੀਆਂ ਕੰਟਰੀਆਂ ਚ ਬਾਹਰ ਦੇ ਦੀ ਗੱਲ ਕਹਿ ਰਹੇ ਆ ਆਪਾਂ ਅੱਛਾ ਠੀਕ ਹੈ ਉਹ ਇਹਨਾਂ ਦੇ ਵਿੱਚ ਸ਼ਾਮਿਲ ਨਹੀਂ ਨਾ ਹੋਣਾ ਬੈਟਰ ਉਹ ਨਾ ਰੱਖਿਆ ਜਾਵੇ ਕਿਉਂਕਿ ਟੂ ਮੱਚ ਹੋ ਜਾਂਦਾ ਓਕੇ ਜਿੱਦਣ ਸਾਡਾ ਆਪਣਾ ਰਾਜ ਭਾਗ ਹੋਊ ਤੇ ਸਾਡੇ ਬਾਹਰਲੇ ਮਸਲੇ ਉਦਣ ਹੱਲ ਹੋਣੇ ਪਹਿਲਾਂ ਜੇ ਨੀ ਮਰਜੀ ਰੋਲੀ ਪਾ ਜਾਈਏ ਇਹ ਠੀਕ ਆ ਇੱਥੇ ਆਪਾਂ ਬਰਾੜ ਮੜ ਕੇ ਕਈ ਕੁਝ ਹੋਈ ਜਾਂਦਾ ਸੈੱਟ ਹੋ ਜਾਂਦੇ ਪਰ ਜਿੱਥੇ ਸਾਡੇ ਲੋਕ ਆ ਜਿੱਥੇ ਕਹਿੰਨੇ ਆ ਫਾਂਸੀਆਂ ਘੇਟੀਆਂ ਆ ਆ ਹੋਇਆ ਆ ਹੋਇਆ ਉਥੇ ਦੀ ਸਾਡਾ ਹਿਊਮਨ ਰਾਈਟਸ ਸਾਡੀਆਂ ਜ਼ਮੀਨਾਂ ਜਿਹੜੀਆਂ ਫਸਲਾਂ ਨੇ ਨਸਲਾਂ ਵੀ ਆ ਗਾਂ ਨਸਲਾਂ ਜੀ ਵੀ ਦੇਖੋ ਇੱਕ ਅਨਪ੍ਰੀਤ ਜੀ ਮੈਂ ਲੰਬਾ ਨਾ ਜਾ ਮੈਂ ਤਾਂ ਆਪਾਂ ਉੱਚੀ ਅਜੇ ਜੋ ਤੁਸੀਂ ਰੱਖਿਆ ਕਿ ਸਾਡਾ ਇਹ ਚਾਹੀਦਾ ਕਿ ਜੋ ਪੰਜਾਬ ਦੇ ਵਿੱਚ ਸਾਡੇ ਨਾਲ ਜਾਤੀਆਂ ਹੋ ਰਹੀਆਂ ਤੰਗ ਐਨ ਆਰ ਆਈ ਵਾਲੇ ਵੀ ਹੈਗੇ ਹੂੰ ਵਜੇਰਾ ਨਾ ਪੋਲਿਟੀਕਲ ਸਿਸਟਮ ਗੰਦਾ ਜਿਹੜਾ ਨਾ ਉਹੋ ਰਲ ਕੇ ਐਨ ਆਰ ਆਈ ਦੀਆਂ ਜ਼ਮੀਨਾਂ ਵੀ ਤੇ ਕੋਠੀਆਂ ਮਕਾਨ ਵੀ ਜਿਹੜੇ ਕਹਿੰਦੇ ਉਹਨਾਂ ਸਭੀ ਸੁਣੇ ਜਿਹਦਾ ਬੜੇ ਮਰੀ ਗਏ ਕਰਨ ਵਾਲੇ ਤੋਂ ਉਹਨਾਂ ਸਭੀ ਜਾਣੇ ਆ ਬਈ ਸਾਡੀ ਉਹ ਪ੍ਰੋਟੈਕਸ਼ਨ ਜਿਹੜੇ ਜੋ ਪੰਜਾਬੀਆਂ ਦੀ ਉੱਥੇ ਦੀ ਪੂਰੀ ਹੋਵੇ ਔਰ ਸਾਡੇ ਧਾਰਮਿਕ ਹੱਕ ਤਾਂ ਜਿਹੜੇ ਹੈ ਪਰ ਜਿਹੜੀ ਸਾਡੀ ਗਾਂ ਪਨੀਰੀ ਉਹਨਾਂ ਲਈ ਐਜੂਕੇਸ਼ਨ ਔਰ ਉਹਨਾਂ ਦੀ ਜਿਹੜੀ ਨਸ਼ਿਆਂ ਦੇ ਨਾਲ ਸਾਡੇ ਨਾਲ ਖਰਾਬੀ ਹੋ ਰਹੀ ਆ ਔਰ ਉਹਨਾਂ ਲਈ ਰੋਕਿਆ ਜਾਵੇ ਔਰ ਸਾਡੇ ਨਾਲ ਜਿਹੜੀ ਸਾਡੇ ਕਿਸਾਨਾਂ ਨਾਲ ਗਲਤ ਹੋ ਰਿਹਾ ਸਾਡੇ ਐਜੂਕੇਸ਼ਨ ਨਾਲ ਖਲਵਾੜ ਹੋ ਰਿਹਾ ਸਾਡੇ ਉਹਦੇ ਵਿੱਚ ਕਹ ਲੋ ਕਿ ਵੀ ਜਿਹੜੀ ਜਵਾਨੀ ਆ ਨਸ਼ਿਆਂ ਦੇ ਵੀ ਗਾਲੀ ਜਾ ਰਹੀ ਆ ਔਰ ਜਿੰਨੇ ਪੰਜਾਬ ਦੇ ਮਸਲੇ ਆ ਨਾ ਸੰਬੰਧ ਅਟਾ ਜਿੰਨੇ ਕਹ ਲੋ ਕਿ ਵੀ ਜੇ ਨੂੰ ਮਰਜੀ ਬਗੈਰ ਕਿਸੇ ਗੱਲ ਤੋਂ ਜਿੱਥੇ ਮਰਜੀ ਪਰਚਾ ਹੋ ਗਿਆ ਕੋਈ ਬਚਿਆ ਉਹ 8 10 ਦਾ ਪਰਚੇ ਵੀ ਕਾਦੇ ਪਰਚੇ ਭਈ ਪਰਚਾ ਤਾਂ ਤਾਂ ਹੁੰਦਾ ਤੁਹਾਡੇ ਤੇ ਜੇਕਰ ਪਹਿਲਾਂ ਪੁਲਿਸ ਸਬੂਤ ਲੱਭਦੀ ਵੀ ਬਾਕੀ ਇਹ ਤੇ ਪਰਚਾ ਹੋਣ ਵਾਲਾ ਹੈ ਕਿ ਨਹੀਂ ਔਰ ਜਿੰਨੀ ਸਾਡੀ ਜਿੰਨੇ ਵੀ ਸਾਡੀ ਨੌਜਵਾਨੀ ਬਾਹਰ ਦੀਆਂ ਜੇਲਾਂ ਚ ਬੰਦਾ ਅਗਰ ਉਹਨਾਂ ਤੇ ਕੋਈ ਮਕਦਮਾ ਬਣਦਾ ਤਾਂ ਪੰਜਾਬ ਦੇ ਵਿੱਚ ਆਉਣਾ ਹੋਣਾ ਚਾਹੀਦਾ ਔਰ ਜਿੰਨੇ ਸਾਡੇ ਆਪਣੇ ਨੌਜਵਾਨ ਦੀ ਬਡੂਗੜ ਵਾਲੇ ਆ ਉਹਨਾਂ ਨੂੰ ਵੀ ਬਿਨਾਂ ਅਨ ਕੰਡੀਸ਼ਨਲ ਸ਼ਰਣਾ ਚਾਹੀਦਾ ਉਹਨਾਂ ਨੇ ਕੋਈ ਇਹੋ ਜਿਹਾ ਜੁਰਮ ਨਹੀਂ ਕੀਤਾ ਔਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਬਹੁਤ ਬੰਦ ਆ ਔਰ ਪਰਚੇ ਵਾਲਿਆਂ ਦੇ ਉੱਤੇ ਹੈਗੇ ਆ ਜਿਹੜਾ ਉੱਥੇ ਪ੍ਰੋਟੈਸਟ ਜਾਰ ਕਰਦਾ ਔਰ ਉੱਤੇ ਵੀ ਮਕਦਮਾ ਕਰ ਦਿੰਦੇ ਆ ਮਕਾਦਮਿਆਂ 'ਚ ਹੀ ਫਸਾ ਕੇ ਬੈਠੇ ਆ ਬੀਏ ਜਿਹੜੇ ਹੋਮੋਇਟ ਰਾਟੀਆਂ ਲਗਣਾ ਇਹ ਖਤਮ ਹੋਣੀਆਂ ਚਾਹੀਦੀਆਂ ਕਿ ਪੰਜਾਬ ਦੇ ਨਾਲ ਤਕਾ ਨਾ ਹੋਵੇ ਔਰ ਤਕਾ ਬੰਦ ਕੀਤਾ ਜਾਵੇ ਤੇ ਜੇਕਰ ਇਹ ਨਹੀਂ ਕਰਦੇ ਇੱਥੇ ਦੇ ਕਿਹ ਦੇਖੋ ਜਿਹੜੇ ਸੈਂਟਰ ਗਵਰਨਮੈਂਟ ਦੇ ਬਥੇਰੇ ਆਉਂਦੇ ਜਿਹੜੇ ਐਮਪੀ ਚੋਰੀ ਚੋਰੀ 5 ਸਟਾਰ ਹੋਟਲਾਂ ਦੇ ਵਿੱਚ ਆਪਣੇ ਖੁੱਲੇ ਜਾਣ ਵਾਲੇ ਵੀ ਜਾ ਕੇ ਬਥੇਰੇ ਬੈੰਦੇ ਆ ਸਾਨੂੰ ਉਹ ਹੀ ਆ ਕਿ ਸਾਡੀ ਆਪਣੀ ਜ਼ਮੀਰ ਜਿਹੜੀ ਆ ਨਾ ਉਹਨੂੰ ਪਹਿਲਾਂ ਜਾਗਦੀ ਕਰੀਏ ਜਿੱਦਣ ਅਸੀਂ ਦਰਵਾਜ਼ਾ ਖੋਲ ਲਿਆ ਵੀ ਸਾਡੀ ਜ਼ਮੀਰ ਜਾਗਦੀ ਆ ਉਦੋਂ ਅਸੀਂ ਸਾਡੇ ਤਖਤਾਂ ਦੇ ਜਥੇਦਾਰਾਂ ਨੇ ਵੀ ਤੁਹਾਨੂੰ ਪੁੱਛਣਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਤੁਹਾਨੂੰ ਪੁੱਛਣਾ ਹੈਗਾ ਜੀ ਔਰ ਜਿਹੜੇ ਬਾਕੀ ਦੇ ਉੱਥੇ ਦੇ ਪੁਲਿਸ ਵਾਲੇ ਉਹਨਾਂ ਨੇ ਵੀ ਪੁੱਛਣਾ ਭੁੱਲਿਓ ਨਾ ਦੇਖੋ ਮੈਂ ਪਬਲਿਕ 'ਚ ਵਿਚਰਦਾ ਜਿੰਨੀ ਹਰਾਸਮੈਂਟ ਜਿਹੜੇ ਉੱਥੇ ਦੇ ਪੁਲਿਸ ਵਾਲੇ ਆ ਕੋ ਗੱਲਾਂ ਆ ਪਹੁੰਚਣੀਆਂ ਔਰ ਵਧੀਆ ਗੱਲ ਆ ਕਾਲ ਚੈਨਲ ਸਾਰਿਆਂ ਨਾਲ ਵਧੀਆ ਮੋੜ ਦੀ ਲਾਈਨ ਹੋ ਕੇ ਵਾਹਿਗੁਰੂ ਕਿਰਪਾ ਕਰਨ ਚੜ੍ਹਦੀ ਗੱਲ ਆ ਬੱਚਿਆਂ ਨੇ ਇਹ ਕੰਮ ਕਰ ਰਹੇ ਤੁਸੀਂ ਔਰ ਉਹਨਾਂ ਦੇ ਜਿਹੜੇ ਇੱਥੇ ਬੱਚੇ ਆਏ ਆ ਨਾ ਚਾਹੇ ਉਹ ਪੜਨ ਲਈ ਆਏ ਤਾਂ ਚਾਹੇ ਉਧਾਂ ਆਏ ਆ ਜਿਹਨੂੰ ਗੁਰੂ ਘਰਾਂ ਦੇ ਵਿੱਚ ਉਹ ਬੈਠ ਕੇ ਗੱਲਾਂ ਸਰਦੇ ਵੀ ਪੰਜਾਬ ਪੁਲਿਸ ਵਾਲੇ ਆਹ ਕਰਦੇ ਤਾਂ ਕਈ ਦਫਾ ਪੰਜਾਬ ਪੁਲਿਸ ਵਾਲਿਆਂ ਦੇ ਉਹ ਨਿਆਣੇ ਪਛਾਣ ਲੈਂਦੇ ਆ ਉਹ ਫਲਾਣੇ ਦਾ ਪੇ ਆ ਉਹ ਫਲਾਣਾ ਸੀ ਫਲਾਣ ਪੁਲਿਸਤ ਸੀ ਹਰੈਸਮੈਂਟ ਉਹਨਾਂ ਨੂੰ ਹੁੰਦੀ ਰੱਬ ਦੇ ਬਸਤੇ ਪੁਲਿਸ ਵਾਲਿਓ ਹਰਦੇ ਵੀ ਬੱਚੇ ਆ ਤੁਸੀਂ ਬਾਹਰ ਦੇ ਵਿਦੇਸ਼ਾਂ 'ਚ ਆਪਦੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਹਰੈਸਮੈਂਟ ਨਾ ਦੇਵੋ ਤੁਸੀਂ ਆਪਣੀ ਜ਼ਮੀਰ ਨਾਲ ਮਾਰੋ ਐਵੇਂ ਨਾ ਲੋਕਾਂ ਨੂੰ ਤੰਗ ਕਰੋ ਐਸਾ ਤਾਂ ਸਭ ਕੀ ਤੁਸੀਂ ਐਡ ਕਰਨਾ ਦੇਖੋ ਜਿਹੜੀ ਆ ਆਪਾਂ ਗੱਲਾਂ ਕਰ ਸਕਦੇ ਆ ਸਿਰਫ ਗੱਲਾਂ ਹੀ ਨਹੀਂ ਸੌਰੀ ਸੌਰੀ ਮੈਂ ਥੋੜੀ ਤੁਸੀਂ ਐਡ ਦੀ ਮੈਂ ਉਹ ਕਰ ਚੁੱਕਾ ਕਿ ਵੀ ਮਤੇ ਪਾ ਕੇ ਤੁਸੀਂ ਬੋਲ ਦਿੱਤੇ ਕਹਿੰਦੇ ਸੀ ਸਟੇਜ ਵਾਈਜ਼ ਚਾਹੀਦਾ ਸੀ ਲਾਈਕ ਹਾਂ ਗੁਰੂ ਘਰ ਦੀਆਂ ਕਮੇਟੀਆਂ ਬੈਠਣ ਮਹੀਨਾ ਦਾ 2 ਮਹੀਨੇ ਦਾ 3 ਮਹੀਨੇ ਦਾ ਸਮਾਂ ਲੈਣ ਉਸ ਤੋਂ ਬਾਅਦ ਦੇਖੋ ਜਿਹੜਾ ਆਹ ਨਿਬੜੂਗੜ ਜੇਰ ਵਾਲਾ ਇਹਦੀ ਟਾਈਮ ਨਹੀਂ ਇਹ ਇਮੀਡੀਏਟਲੀ ਆ ਜਿਹੜੀਆਂ ਲੌਂਗ ਟਰਮ ਆ ਇਮੀਡੀਏਟਲੀ ਹੁਣ ਕੀ ਕਰਨਾ ਸ਼ਾਰਟ ਟਰਮ ਕੀ ਕਰਨਾ ਲੌਂਗ ਟਰਮ ਕੀ ਕਰਨਾ ਐਸ ਮੇਲੇ ਜਿਹੜੀਆਂ ਸਾਡੀਆਂ ਬੀਬੀਆਂ ਉੱਥੇ ਬੈਠੀਆਂ ਆ ਧਰਨੇ ਦੇ ਉੱਤੇ ਹੰਗਰ ਸਟ੍ਰਾਈਕ ਦਿੱਤੇ ਆ ਦਿਬੜੂਗੜ ਜੇਰ ਵਾਲੇ ਹੈਗੇ ਆ ਔਰ ਉਹਨਾਂ ਨੂੰ ਰਹਾ ਕੀਤਾ ਜਾਵੇ ਔਰ ਜਿਹੜਾ ਸਾਡੇ ਵਿੱਚੇ ਕਿਸਾਨਾਂ ਵਾਲਾ ਜ ਹੈਗਾ ਆ ਇਹ ਤਾਂ ਮੰਗਾ ਇਹ ਮੰਗਾ ਤਾਂ ਵਾਜਬ ਮੰਗਾ ਤਾਂ ਚੱਲ ਰਿਹਾ ਇਹ ਹੀ ਆ ਨਾ ਇਹਨਾਂ ਦੇ ਮਤੇ ਪਾ ਕੇ ਇਮੀਡੀਏਟਲੀ ਸਾਡੇ ਜਿਹੜਿਆਂ ਨੂੰ ਮੈਂ ਕਿਹਾ ਇਹਨਾਂ ਨੂੰ ਭੇਜ ਦਿਓ ਤੁਸੀਂ ਇਹਨਾਂ ਮਤਿਆਂ ਦੇ ਅਗਰ ਕਿਸੇ ਨੂੰ ਇੱਥੇ ਮਦਦ ਹੋਵੇ ਮੈਨੂੰ ਪੁੱਛ ਲੈਣਾ ਨਾ ਗੱਲ ਪਤਾ ਕੀ ਆ ਗੱਲ ਇਹ ਆ ਕਿ ਜਿਹੜਾ ਵੀ ਹੁਣ ਇਸ ਵੇਲੇ ਸਟਰਕਚਰ ਆ ਹੁਣ ਬੰਦੀ ਸਿੰਘਾਂ ਦਾ ਕਿੰਨੇ ਸਾਲ ਹੋ ਗਏ 2 ਸਾਲ ਹੋ ਗਏ ਨਾ ਉੱਪਰ ਹੀ ਹੋ ਗਿਆ ਮੇਰੇ ਖਿਆਲ ਹੋਰ ਵੀ ਆ 40 40 ਸਾਲ ਤਾਂ ਤੁਹਾਨੂੰ ਕੋਰਟ ਦੇ ਵਿੱਚੋਂ 50 50 ਸਾਲ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਕਿਹੜੇ ਕਾਗਜ਼ਾਂ ਬਾਰੇ ਕਿੱਦਾਂ ਗੱਲ ਜਾਈਏ ਇਹ ਵੀ ਐਲ ਹੋਣਾ ਚਾਹੀਦਾ ਜੀ ਮਤਿਆਂ ਹੁਣ ਜਿਹੜੇ ਜਿਹੜੇ ਇਹ ਆ ਇੱਕ ਚੀਜ਼ ਕਲੀਅਰ ਆ ਪੇ ਜਿਹੜੇ ਉਥੇ ਹਿੰਦੁਸਤਾਨ ਦੀ ਸਰਕਾਰ ਦੇ ਜਿਹੜੇ ਚਮਚੇ ਬਾਹਰ ਆਉਂਦੇ ਆ ਸਾਡੇ ਗੁਰੂ ਘਰਾਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਸਾਨੂੰ ਕਲੀਅਰ ਕਰਕੇ ਪਬਲਿਕ ਤੌਰ ਤੇ ਉਹਨਾਂ ਤੇ ਸਵਾਲ ਜਵਾਬ ਹੋਣੇ ਚਾਹੀਦੇ ਆ ਤੇ ਟੈਲੀਵਿਜ਼ਨਾਂ ਦੇ ਮੋਰੇ ਉਹਨਾਂ ਨੂੰ ਸੱਦ ਕੇ ਡਿਬੇਟ ਕਰਾਓ ਜਿਹਦੇ ਨਾਲ ساری ਦੁਨੀਆ ਨੂੰ ਪਤਾ ਲੱਗੇ ਪਈ ਉਹ ਕੀ ਆ ਹੁਣ ਇੱਥੇ ਤੁਮ ਆਇਆ ਕਿਸੇ ਨੇ ਕੁਛ ਨਹੀਂ ਪੁੱਛਿਆ ਅਕਾਲ ਤਖਤ ਦਾ ਜਥੇਦਾਰ ਆਇਆ ਕਿਸੇ ਨੇ ਕੁਛ ਨਹੀਂ ਬੋਲਿਆ ਬਾਹਰ ਆ ਕੇ ਦੱਸ ਦਿਓ ਜੇ ਮੈਨੂੰ ਮੈਨੂੰ ਸ਼ਾਇਦ ਮੈਨੂੰ ਨਾ ਪਤਾ ਲੱਗਾ ਹੋਵੇ ਕੋਈ ਦੱਸ ਦੇ ਕਿ ਇੱਥੇ ਆ ਕੇ ਕੀ ਬੋਲੇ ਆ ਕਥਾ ਕਰ ਲਓ ਜੀ ਵਿਚਾਰ ਕਰ ਲਓ ਜੀ ਜਿਹੜੀ ਗੱਲ ਦਾ ਸਾਨੂੰ ਦੁੱਖ ਆ ਉਹ ਤਾਂ ਕਰਨੀ ਨਹੀਂ ਹੂੰ ਰਾਈਟ ਸੋ ਫੋਟਾ ਸਾਹਿਬ ਉਹ ਸਦਨ ਵਾਲੇ ਵੀ ਤਾਂ ਸਰੂਪੇ ਦੇਣ ਬਈ ਆਪਣੇ ਚੋਂ ਹੀ ਆnde phir ਆਪਣੇ ਚੋਂ ਹੁਣ ਬਗਾਨੇ ਹੁਣ ਮੈਂ ਮੈਂ ਉਸ ਗੱਲ ਨਹੀਂ ਕਰ ਰਿਹਾ ਨਹੀਂ ਮੈਂ ਜ਼ਮੀਰਾਂ ਦੀ ਗੱਲ ਤਾਂ ਹੀ ਕੀਤੀ ਸੀ ਮੈਂ ਵੀ ਬੰਧ ਭਰਨ ਵਾਲੀ ਵੀ ਸਾਡੇ ਨੇ ਮੈਂ ਕਿਹਾ ਜੀ ਜ਼ਮੀਰਾਂ ਦੀ ਗੱਲ ਤਾਂ ਮੈਂ ਤਾਂ ਹੀ ਕੀਤੀ ਸੀ ਨਹੀਂ ਫੁਰਤਿਆਂ ਵੀ ਇੱਕ ਜਮੀਰ ਦੋਨੋਂ ਜੇਬ ਭਰ ਜਾਂਦੀਆਂ ਨੇ ਨਹੀਂ ਜਿਨ੍ਹਾਂ ਦੀਆਂ ਜ਼ਮੀਨਾਂ ਜਾਗਿਓ ਆ ਹੂੰ ਉਹ ਇੱਥੇ ਵੀ ਉਹ ਤਾਂ ਪੁੱਛਣਾ ਸ਼ੁਰੂ ਕਰ ਲਓ ਜਾਣੀ ਜੋ ਵੀ ਆ ਸਾਨੂੰ ਕਿਤੇ ਉਹ ਨਾ ਕਿਤੇ ਉਹ ਤੇ ਸਟਾਰਟ ਕਰਨਾ ਹੀ ਪੈਣਾ ਨਾ ਹੁਣ ਸਾਡਾ ਇਹ ਪਹਿਲਾ ਕੰਮ ਹੋਣਾ ਚਾਹੀਦਾ ਕਿ ਜਿਹੜਾ ਵੀ ਹਿੰਦੁਸਤਾਨ ਚੋਂ ਆਉਂਦਾ ਉਹਦਾ ਉਹਨਾਂ ਨੂੰ ਬਿਠਾੜ ਕੇ ਜੇ ਤਾਂ ਉਹਨੇ ਇੱਥੇ ਸਾਡੇ ਨਾਲ ਕੋਈ ਜਵਾਬ ਸਵਾਲ ਜਵਾਬ ਕਰਨਾ ਕਰਨ ਕੈਮਰੇ ਦੇ ਸਾਹਮਣੇ ਕਰਨ ਜੋ ਕਰਨਾ ਕੱਲ ਇਹ ਕੀ ਆਪੇ ਗੁਰੂ ਘਰ ਦੇ ਵਿੱਚ ਜਾ ਕੇ ਆਪਣੀਆਂ ਕਹਾਣੀਆਂ ਬਣਾ ਕੇ ਪੈਸੇ ਇਕੱਠੇ ਕਰਕੇ ਤੇ ਮਗਰੋਂ ਸਾਡੇ ਸਾਡੇ ਬੱਚੇ ਮਾਰਦੇ ਆ ਇਹ ਕਿੱਥੇ ਦਾ ਇਨਸਾਨ ਹੋ ਆ ਇਨਸਾਫ ਹੈਗਾ ਕੋਈ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਇੱਕਦਮ ਹੀ ਕੋਈ ਵੀ ਹੋਣੀ ਪਰ ਆਈ ਥਿੰਕ ਔਰ ਇਹ ਦਾਅਵੇ ਨਾ ਤਾਂ ਆਪਾਂ ਨਹੀਂ ਕਹਿ ਸਕਦੇ ਪਰ ਇਹ ਜ਼ਰੂਰ ਆ ਕਿ ਹੁਣ ਜਿਹੜੇ ਬਾਹਰ ਬੈਠੇ ਹਨ ਸਿੱਖ ਉਹ ਅਵੇਅਰ ਵੀ ਹੋ ਗਏ ਆ ਬਾਕੀ ਬਾਹਰੀ ਦੁਨੀਆ ਦੇ ਵਿੱਚ ਜਿੰਨੀਆਂ ਕੰਟਰੀਆਂ ਉਨਾ ਨੂੰ ਇਹ ਅਵੇਅਰਨੈਸ ਹੋ ਗਈ ਆ ਕਿ ਹਿੰਦੁਸਤਾਨ ਦੇ ਵਿੱਚ ਨਾ ਕੋਈ ਡੈਮੋਕ੍ਰੇਸੀ ਆ ਡਿਕਟੇਟਰਸ਼ਿਪ ਆ ਔਰ ਜਿਹੜੀ ਉਹ ਡਿਕਟੇਟਰਸ਼ਿਪ ਕਰ ਰਿਹਾ ਜੇ ਦੇਖੋ ਜਿੱਥੇ ਇੱਕ ਔਰਤ ਦਾ ਕੋਈ ਵੀ ਉਹਨਾਂ ਦੀ ਸਤਕਾਰ ਨਹੀਂ ਉਹਨਾਂ ਨੂੰ ਨੰਗੇ ਕਰ ਕਰਕੇ ਕਿਸ ਤਿਸਾਬ ਦੇ ਨਾਲ ਤੁਹਾਡੇ ਸਾਹਮਣੇ ਆ ਟੈਲੀਵਿਜ਼ਨਾਂ ਤੇ ਆਉਂਦਾ ਕਿਸੇ ਕੋਈ ਮਰ ਜਾਂਦਾ ਕੋਈ ਕੁਝ ਹੋ ਜਾਂਦਾ ਕੋਈ ਪੁੱਛਦਾ ਨਹੀਂ ਕਿੰਨੇ ਕਿੰਨੇ ਨੰਬਰ 1 ਹਾਂ ਛੜਕਾਂ ਦੇ ਉੱਪਰ ਐਕਸੀਡੈਂਟ ਹੋ ਕੇ ਮਰਦੇ ਆ ਉਹ ਕਿਹਦੇ ਜਾਦੇ ਆ ਹਿੰਦੁਸਤਾਨ ਚ ਜੀ ਇਹ ਨੰਬਰ 1 ਕਹਿੰਦੇ ਆ ਇੱਕ ਨੰਬਰ 1 ਹੀ ਬਹੁਤ ਪਾਸਿਓਂ ਆ ਗਰੀਬੀ ਵੱਲੋਂ ਅਨਇੰਪਲੋਇਮੈਂਟ ਵੱਲੋਂ ਕਿਹੜੇ ਚੀਜ਼ ਆ ਕੋਈ ਵੀ ਕਰੇ ਸਮਾਜ ਥੋੜਾ ਸੀਮਤ ਹੈ ਅਸੀਂ ਹੁਣ ਕਨਕਲੂਜਨ ਦੇ ਵੱਲ ਤਾਂ ਚਲੋ ਕਨਕਲੂਜਨ ਦੀ ਗੱਲ ਅਸੀਂ ਇੱਥੇ ਕਰਨੀ ਨਹੀਂ ਕਿਉਂਕਿ ਜਦ ਤੱਕ ਇਹ ਸੰਘਰਸ਼ جاری ਹੈ ਸੰਘਰਸ਼ ਜਿਸ ਵੇਲੇ ਨਜ਼ਰ ਆਏਗਾ ਅੰਮ੍ਰਿਤ ਸਰਦਾ ਵਿੱਚ ਲੱਗਾ ਹੋਇਆ ਉਸ ਵੇਲੇ ਅਸੀਂ ਜ਼ਰੂਰ ਗੱਲ ਕਰਾਂਗੇ ਕਿ ਹਾਂ ਇਸ ਵੇਲੇ ਗਲਬਾਤ ਤੋਂ ਬਾਅਦ ਨਜ਼ਦੀਕੀ ਦੌਰ ਦੇ ਵਿੱਚ ਹੈਗੇ ਆ ਇਸ ਵੇਲੇ ਕਿਸੇ ਤਰੀਕੇ ਦੀ ਕੋਈ ਕਮੀ ਨਾ ਰਹੇ ਅਖੀਰ ਦੇ ਵਿੱਚ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੱਕ ਇੱਕ ਇਮੇਜ ਪਹੁੰਚ ਰਹੀ ਹੈ ਕਿ ਉੱਥੇ ਇਕੱਠ ਘਟ ਹੈ ਇੱਕ ਕਮਜ਼ੋਰ ਕੜੀ ਹੈਗੀ ਕਿਤੇ ਨਾ ਕਿਤੇ ਕਿਸੇ ਸੰਘਰਸ਼ ਦੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹਾਂਗੇ ਜ਼ਿਆਦਾ ਟਾਈਮ ਨਹੀਂ 40 40 ਸਕਿੰਡ ਹੀ ਲਿਓ ਪਲੀਜ਼ ਦੇਖੋ ਜੀ ਮੈਂ ਬੇਨਤੀ ਕਰਾਂਗਾ ਤੁਹਾਡੇ ਮੱਦੇਮ ਰਹੀਂ ਜਿੰਨੇ ਵੀ ਲੋਕ ਆ ਜਿੰਨੇ ਵੀ ਮਾਪੇ ਤਕਰੀਬਨ ਸਾਰੇ ਆ ਮжоਰਿਟੀ ਜਿਹੜੇ ਏਜ ਵਾਲੇ ਆ ਵੀ ਸਾਨੂੰ ਉਹਦੇ ਵਿੱਚ ਜਿਹੜੇ ਉਹ ਨੌਜਵਾਨ ਦੀ ਬਿੜੂਗਾਰ ਜੇਲ੍ਹ ਚ ਉਹਨਾਂ ਦਾ ਸਵਾਦ ਸਾਥ ਦੇਣਾ ਚਾਹੀਦਾ ਮੈਂ ਪਹਿਲਾਂ ਕਹਿ ਚੁੱਕਾ ਮਤੇ ਪਹਿਣੇ ਚਾਹੀਦੇ ਦੇ ਸਮ ਦੇ ਸੰਦੇ ਵਿੱਚ ਦੂਸਰੀ ਗੱਲ ਜਿਹੜੇ ਅੰਮ੍ਰਿਤਸਰ ਦੇ ਵਿੱਚ ਮੋਰਚਾ ਲੱਗਾ ਉਹ ਮੋਰਚੇ ਦੇ ਵਿੱਚ ਜਿਹੜੇ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਤੁਸੀਂ ਇਹਨੂੰ ਭਰ ਜੋ ਕਿ ਵੀ ਉਹ ਤਖਤਾਂ ਦੇ ਜਥੇਦਾਰ ਤੇ ਜਾਂ ਸ਼ਰੂਮਨੀ ਕਮੇਟੀ ਵਾਲੇ ਕੋਸ਼ ਕਰਨਗੇ ਉਹਨਾਂ ਨਾਲ ਕੇ 2 ਮਿੰਟ ਬੈਠ ਕੇ ਤਾਂ ਪਾਛਣ ਕਰਕੇ ਚਲੇ ਜਾਣਾ ਤੁਹ ਦੇਖਦੇ ਆਂ ਵੀ ਕਿਹੜਾ ਤੁਹਾਡੇ ਨਾਲ ਉੱਥੇ ਆ ਕੇ ਬੰਦਦਾ ਜੀ ਸੋਤ ਸਿੰਘ ਜੀ ਗੱਲ ਇਹ ਆ ਕਿ ਹੁਣ ਇਲੈਕਸ਼ਨਾਂ ਦਾ ਟਾਈਮ ਆ ਹਮ ਇਹਨਾਂ ਸਾਰਿਆਂ ਨੇ ਪਿੰਡਾਂ ਚ ਜਾਣਾ ਜਿਸ ਵੇਲੇ ਤੁਹਾਡੇ ਪਿੰਡਾਂ 'ਚ ਆਉਂਦੇ ਆ ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕੀਤਾ ਸਿੱਖ ਕੌਮਲੇ ਕੀ ਕੀਤਾ ਪੰਜਾਬੀਆਂ ਨੇ ਕੀ ਕੀਤਾ ਕਿਹੜਾ ਤੁਸੀਂ ਕੰਮ ਕੀਤਾ ਜਿਸ ਵੇਲੇ ਤੁਸੀਂ ਇਹਨਾਂ ਨੂੰ ਹੁਣ ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਜਿਸ ਵੇਲੇ ਬਾਦਲ ਹੁਣੀ ਪਿਛਲੀ ਵਾਰੀ ਗਏ ਸੀ ਤੇ ਪਿੰਡ ਵਾਲਿਆਂ ਨੇ ਕਿਹਾ ਸਾਡੇ ਪਿੰਡ ਨਾ ਬੜਿਓ ਰਾਈਟ ਬੋੜ ਲਾਤੇ ਉਹ ਉਸ ਤਰੀਕੇ ਦੇ ਨਾਲ ਅੱਜ ਸਾਨੂੰ ਇੱਕ ਮੌਕਾ ਮਿਲ ਰਿਹਾ ਜੀ ਉੱਥੇ ਉਹਨਾਂ ਨੂੰ ਇਹ ਪੁੱਛੋ ਪਿਆ ਆ ਵੀ ਮੋਰਚਾ ਲੱਗਾ ਆ ਵੀ ਮੋਰਚਾ ਲੱਗਾ ਆ ਵੀ ਮੋਰਚਾ ਲੱਗਾ ਇਹਨਾਂ ਨੂੰ ਕਿਦੋਂ ਤੁਸੀਂ ਖਤਮ ਕਰਾਉਣਾ ਜੇ ਨਹੀਂ ਕਰਾਉਣਾ ਤਾਂ ਦੌੜ ਜਾਓ ਇੱਥੋਂ ਜਿੰਨਾ ਚਿਰ ਪਬਲਿਕ ਪ੍ਰੈਸ਼ਰ ਨਹੀਂ ਬਣਦਾ ਉਹਨਾਂ ਚਿਰ ਗੱਲ ਨਹੀਂ ਬਣਣੀ ਬਾਹਰਲੇ ਬੁਲਕਾਂ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਜਦ ਇੱਥੇ ਆਉਂਦੇ ਤੇ ਅਸੀਂ ਇਹਨਾਂ ਨੂੰ ਪੁੱਛੇ ਵੀ ਇੱਥੇ ਕੀ ਲੈਣਾ ਹੈ ਬਈ ਇਸ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਦਾ ਕੰਮ ਆ ਉਹ ਤੁਹਾਡੀ ਜਮੀਰ ਜਿਹੜੀ ਆ ਉਹ ਪਾਣੀ ਖਤਮ ਹੋ ਰਿਹਾ ਸਭ ਕੁਝ ਖਤਮ ਹੋ ਰਿਹਾ ਬਿਲਕੁਲ ਕਈ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗੱਲ ਜ਼ਰੂਰ ਹੋਏਗੀ ਲੇਕਿਨ ਅੱਜ ਦੇ ਸਪੈਸ਼ਲੀ ਅੰਮ੍ਰਿਤਸਰ ਦੀ ਵਿਰਾਸਤੀ ਮਾਰਗ ਦੇ ਉੱਤੇ ਲੱਗੇ ਇਸ ਪ੍ਰੋਟੈਸਟ ਨੂੰ ਲੈ ਕੇ ਜੋ ਪਹਿਲੂ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਸਕਦੇ ਸੀ ਜੋ ਸਮਝਣ ਦੀ ਕੋਸ਼ਿਸ਼ ਕਰ ਸਕਦੇ ਸੀ ਉਤਵਾਮ ਚੀਜ਼ਾਂ ਨੂੰ ਅਸੀਂ ਐਡ-ਆਨ ਕਰਨ ਦੀ ਕੋਸ਼ਿਸ਼ ਕਰਤੀ ਹੈ ਸਮਝਦੇ ਆ 55 ਮਿੰਟ 50 ਮਿੰਟ ਦਾ ਸਮਾਂ ਪੂਰਾ ਨਹੀਂ ਹੁੰਦਾ ਲੇਕਿਨ ਨਿਰੰਤਰ ਜੱਜਤ ਇਹ ਵਿਸ਼ੇ ਵਿਚਾਰ ਦੇ ਰਾਂਗੇ ਕਦੇ ਨਾ ਕਦੇਤਾ ਆਵਾਜ਼ ਅਜਿਹੀ ਬੁਲੰਦ ਹੋਏਗੀ ਜੋ ਦਰਬਾਰਾਂ ਦੇ ਕੰਨਾਂ ਤੱਕ ਵੀ ਪਹੁੰਚੇ ਧੰਨਵਾਦ ਕਰਦਿਆਂ ਜੋ ਸਾਡੇ ਨਾਲ ਗੈਸਟ ਜੁੜੇ ਫਤਿਹ ਦੀ ਸਾਂਝ ਪਾਵਾਂਗੇ ਇਜਾਜ਼ਤ ਲਾਗ ਜੀ ਸੰਕਤਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ